मीटिंग होएगी। अंदर बाबा बूटा सिंह जी गुरथड़ी वाले धर्म प्रचार कमेटी सकत्तर आए हुए ने, वो तुहाडा इंटरव्यू लैणगे। इंटरव्यू दे विच बेटा तुहाडे कोल बेसिक चीज़ां की जिहड़ी जानकारी वह हासिल करनगे, ठीक है। लाइक तुसी अमृतधारी हो, नितनेमी हो, उहदे बेसिस दे उत्ते तुहाडी सिलैक्शन होएगी। सिलैक्शन तो बाद दा प्रोसीजर है कि तुसी इत्थे एडमिशन फॉर्म फिल करना है। एडमिशन फॉर्म फिल करन तो बाद उस तो बाद तुहाडी जिहड़ी है एडमिशन कन्फर्म हो जाएगी। कन्फर्म होने तो बाद बेटा असी तुहानू नोटिस देवांगे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਦਰਸ਼ਕੋ, ਮੈਨੂੰ ਉਮੀਦ ਹੈ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ। ਜਿਸ ਤਰ੍ਹਾਂ ਦੇ ਨਾਲ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਧਰਮ ਪ੍ਰਚਾਰ ਕਮੇਟੀ SGPC ਵੱਲੋਂ ਇੱਕ ਬਹੁਤ ਹੀ ਇਤਿਹਾਸਿਕ, ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ। ਜਿੱਦਾਂ ਕਿ ਮੈਂ 2-4 ਦਿਨ ਪਹਿਲਾਂ ਲਿਖਿਆ ਸੀ, ਇੱਕ ਵੱਡਾ ਐਲਾਨ। ਐਲਾਨ ਕਿਉਂ ਸੀ? ਐਲਾਨ ਉਹਨਾਂ ਬੱਚਿਆਂ ਦੇ ਲਈ ਬਹੁਤ ਵੱਡਾ ਸੀ ਜਿਹੜੇ ਕਿ ਐਜੂਕੇਸ਼ਨ ਤੋਂ ਬੱਚੀਆਂ ਵਾਂਝੀਆਂ ਰਹਿ ਜਾਂਦੀਆਂ ਸੀ, ਸਾਡੇ ਰਿਮੋਟ ਏਰੀਆਜ਼ ਜਿੱਥੇ, ਬਾਰਡਰ ਏਰੀਆਜ਼ ਜਿੱਥੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਦੇ ਲਈ ਨਹੀਂ ਕੋਈ ਓਪਰਚੁਨਿਟੀਜ਼ ਮਿਲਦੀਆਂ ਸੀ, ਉਹਨਾਂ ਬੱਚਿਆਂ ਦੇ ਲਈ ਇੱਕ ਵੱਡਾ ਐਲਾਨ ਨਿਕਲ ਕੇ ਸਾਹਮਣੇ ਆਇਆ ਸੀ। ਅੱਜ ਬੱਚਿਆਂ ਦੇ ਮੈਂ ਚਿਹਰੇ ਦੇਖੇ ਨੇ, ਇੰਨੇ ਖੁਸ਼ ਨੇ, ਇੰਨੇ ਖਿੜੇ ਹੋਏ ਚਿਹਰੇ ਨੇ। ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਆਉਣ ਵਾਲਾ ਭਵਿੱਖ ਬਹੁਤ ਬ੍ਰਾਈਟ ਹੈ, ਸਾਡਾ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਚੱਲਿਆ ਗਿਆ। ਇਸ ਕਰਕੇ ਬੱਚੀਆਂ ਅੱਜ ਸਾਡੇ ਜੰਮੂ ਕਸ਼ਮੀਰ ਦੀਆਂ ਬਹੁਤ ਖੁਸ਼ ਨੇ। ਔਰ ਸਭ ਤੋਂ ਵੱਡੀ ਸਾਡੇ ਲਈ ਵਧਾਈ ਦੀ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਨੂੰ ਤਵੱਜੋ ਦਿੱਤੀ ਗਈ ਹੈ। ਅਗਰ 400 ਸੀਟਾਂ ਨੇ, ਉਹਦੇ ਵਿੱਚੋਂ ਵਧੇਰੇ ਸੀਟਾਂ ਜੰਮੂ ਕਸ਼ਮੀਰ ਨੂੰ ਮਿਲੀਆਂ ਨੇ, ਇਹ ਪਰਮਾਤਮਾ ਦੀ ਮਿਹਰ ਆਖੀਏ ਜਾਂ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਜੰਮੂ ਕਸ਼ਮੀਰ ਦੇ ਲਈ ਕੀਤਾ ਗਿਆ। ਔਰ ਉਹਨਾਂ ਸੇਵਾਦਾਰਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੱਚੀਆਂ ਦੀ ਗੱਲ SGPC ਤੱਕ ਪਹੁੰਚਾਈ ਹੈ ਔਰ ਦੱਸਿਆ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਬੱਚੀਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਔਰ ਇਸ ਉਪਰਾਲੇ ਦੇ ਉੱਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਬਾਬਾ ਬੂਟਾ ਸਿੰਘ ਜੀ, ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ, SGPC ਦੇ ਵੱਲੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਬਾਬਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਬਹੁਤ ਹੀ ਉੱਚ ਪੱਧਰਾ ਇੱਕ ਉਪਰਾਲਾ ਕੀਤਾ ਗਿਆ SGPC ਦੇ ਵੱਲੋਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਅਕਾਲ ਤਖ਼ਤ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੇ ਰਾਹੀਂ ਬਹੁਤ ਵਧੀਆ ਉਪਰਾਲਾ ਹੀ ਕੀਤਾ ਗਿਆ ਔਰ ਬਹੁਤ ਸ਼ਲਾਘਾਯੋਗ ਉਪਰਾਲਾ। ਅਸੀਂ ਵਧਾਈ ਵੀ ਦਿੰਦੇ ਹਾਂ SGPC ਨੂੰ, ਧਰਮ ਪ੍ਰਚਾਰ ਕਮੇਟੀ ਨੂੰ, ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਇਸ ਉਪਰਾਲੇ ਦੇ ਬਾਰੇ ਵਿੱਚ ਬਾਬਾ ਜੀ ਤੁਹਾਡਾ ਕੀ ਕੁਝ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਸੋਢੀ ਪਾਤਸ਼ਾਹ, ਜਿਨ੍ਹਾਂ ਦੇ ਦਰ ਤੋਂ ਇੱਕ ਪੰਥ ਦੀ ਨੁਮਾਇੰਦਾ ਜਥੇਬੰਦੀ ਔਰ ਵੱਡੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਪ੍ਰਧਾਨ ਸਤਿਕਾਰਯੋਗ ਬੀਬੀ ਜੰਗੀਰ ਕੌਰ ਔਰ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਾਡੀ ਸਾਰੀ ਐਗਜੈਕਟਿਵ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਪਿੱਛੇ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ, ਜੋ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਡਾ ਕਾਲਜ ਹੈ, ਉੱਥੇ ਅਸੀਂ ਸਿੱਖ ਬੱਚੀਆਂ ਨੂੰ 200 ਬੱਚੀ ਨੂੰ ਇੱਕ ਸ਼ਰਤ ਰੱਖ ਕੇ ਕਿ ਅੰਮ੍ਰਿਤਧਾਰੀ ਉਹ ਲੜਕੀ ਹੋਣੀ ਚਾਹੀਦੀ ਹੈ, ਉਹਦੇ ਵਿੱਚ +2 ਤੋਂ ਉੱਪਰ ਜਿਹੜੇ ਡਿਪਲੋਮੇ ਕੋਈ ਕੋਰਸ ਵੱਖ ਵੱਖ ਤਰ੍ਹਾਂ ਦੇ ਉਹਨਾਂ ਨੇ ਕਰਨੇ, ਅਤੇ ਉਹਨਾਂ ਦਾ ਸਾਰਾ ਜਿਹੜਾ ਹੋਸਟਲ ਦਾ ਖਰਚਾ, ਪੜ੍ਹਾਈ ਦਾ ਖਰਚਾ, ਉਹ ਅਸੀਂ ਸਾਰਾ SGPC ਵੱਲੋਂ ਸਾਰਾ ਕਰਾਂਗੇ ਸਿੱਖ ਬੱਚੀਆਂ ਨੂੰ, ਉੱਥੇ ਜਿੱਥੇ ਉਹਨਾਂ ਨੂੰ ਦੁਨਿਆਵੀ ਪੜ੍ਹਾਈ ਹੈ ਨਾਲ ਨਾਲ ਸੰਗੀਤ ਵਿਦਿਆਲੇ ਵਿੱਚ ਵੀ ਉਹ ਆਪਣਾ ਸਿੱਖ ਸਕਦੀਆਂ ਨੇ, ਗੱਤਕਾ ਵੀ ਸਿੱਖ ਸਕਦੀਆਂ ਨੇ, ਕਿਉਂਕਿ ਸਾਡਾ ਫਰਜ਼ ਬਣਦਾ ਸਾਡੀਆਂ ਸਿੱਖ ਬੱਚੀਆਂ
ਅੱਜ ਇੱਥੋਂ ਸਿੱਖ ਕੇ ਧਰਮ ਦੀ ਵਿੱਦਿਆ ਲੈ ਕੇ ਜਿਹੜੇ ਘਰਾਂ ਵਿੱਚ ਅੱਗੇ ਜਾਣਗੀਆਂ ਉਹਨਾਂ ਦੇ ਵਿਆਹ ਹੋਣਗੇ, ਅੱਗੇ ਪਰਿਵਾਰ ਵਿੱਚ ਵਾਧੇ ਹੋਣਗੇ, ਉਹਨਾਂ ਦੇ ਉਹ ਗੁਰਸਿੱਖੀ ਪਰਿਵਾਰ ਨੂੰ ਵਧੀਆ ਰੰਗ ਚਾੜ ਸਕਣਗੀਆਂ। ਇਸ ਕਰਕੇ ਸਾਡਾ ਉਪਰਾਲਾ ਹੈ। ਉਸ ਤੋਂ ਬਾਅਦ ਜਿਹੜਾ ਸਾਡਾ ਜ਼ਿਆਦਾ ਜਿਸ ਤਰ੍ਹਾਂ ਸਾਡੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸਾਰੇ ਅਧਿਕਾਰੀ ਆਏ ਹੋਏ ਨੇ, ਔਰ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਅਤੇ ਹੋਰ ਵੀ ਵੱਖ ਵੱਖ ਥਾਵਾਂ ਦੇ ਆਏ ਹੋਏ ਨੇ। ਸਾਡੇ ਸਾਰੇ ਜੋ ਸ਼੍ਰੋਮਣੀ ਕਮੇਟੀ ਕਾਲਜਾਂ ਸਕੂਲਾਂ ਨੂੰ ਚਲਾ ਰਹੀ ਹੈ, ਉਹ ਜਾਣਕਾਰੀ ਲਈ ਵੀ ਸਾਰੀਆਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇ ਵੀ ਅਸੀਂ ਕੀ ਕਰਦੇ ਹਾਂ। ਜਿੱਥੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਉੱਥੇ ਵੇਖੋ ਜਦ ਤੱਕ ਸਾਡੇ ਕੋਲ ਆ ਹੁਣ ਨਵੀਂ ਐਗਜੈਕਟਿਵ ਦੇ ਸੇਵਾ ਆਈ ਹੈ, ਉਦੋਂ ਕਿਸਾਨੀ ਦਾ ਸੰਘਰਸ਼ ਚੱਲਿਆ। ਕਿਸਾਨੀ ਦੇ ਸੰਘਰਸ਼ ਦੇ ਵਿੱਚ ਅਸੀਂ ਜਿਸ ਕਿਸਾਨ ਦੀ ਧਰਨੇ ਦੇ ਵਿੱਚ ਮੌਤ ਹੋ ਜਾਂਦੀ ਹੈ ਉਹਦੇ ਪਰਿਵਾਰ ਨੂੰ 1,00,000 ਰੁਪਏ ਦਾ ਚੈੱਕ ਉਹਦੇ ਘਰ ਦੇ ਕੇ ਆਉਣਾ ਉਹਦੇ ਪਰਿਵਾਰ ਨੂੰ SGPC ਵੱਲੋਂ। ਤਕਰੀਬਨ ਅਸੀਂ 3.5 ਕਰੋੜ ਤੋਂ ਉੱਤੇ ਜਿਹੜਾ ਉਹ ਧਰਮ ਦੇ ਫੰਡਾਂ ਦੇ ਵਿੱਚੋਂ ਮਾਇਆ ਵੰਡ ਚੁੱਕੇ ਹਾਂ ਉਹਨਾਂ ਕਿਸਾਨਾਂ ਨੂੰ। ਦੂਸਰਾ ਹੈ COVID-19 ਦਾ ਆਇਆ, ਉੱਥੇ ਅਸੀਂ ਜਿਵੇਂ ਆਲਮਗੀਰ ਲੁਧਿਆਣਾ ਗੁਰਦੁਆਰਾ ਦਸਮ ਪਾਤਸ਼ਾਹ ਦਾ ਬਹੁਤ ਵੱਡਾ ਹੈ, ਤਖ਼ਤ ਸ਼੍ਰੀ ਦਮਦਮਾ ਸਾਹਿਬ, ਨਾਨਕਿਆਣਾ ਸਾਹਿਬ, ਵੱਖ ਵੱਖ ਥਾਵਾਂ 'ਤੇ ਅਸੀਂ ਇਸ ਤਰ੍ਹਾਂ ਕੋਵਿਡ ਸੈਂਟਰ ਖੋਲ੍ਹੇ, ਜਦੋਂ ਜਿਹੜੀਆਂ ਸੰਗਤਾਂ ਸੀ, ਗਰੀਬ ਲੋਕ ਸੀ, ਉਹਨਾਂ ਨੂੰ ਵੈਂਟੀਲੇਟਰ ਨਹੀਂ ਸੀ ਮਿਲਦੇ, ਆਕਸੀਜਨ ਨਹੀਂ ਸੀ ਮਿਲਦੀ, ਅਤੇ ਉਹ ਵੀ ਅਸੀਂ ਵੱਖ ਵੱਖ ਥਾਵਾਂ 'ਤੇ ਪੂਰੀ ਜੰਗੀ ਪੱਧਰ 'ਤੇ ਅਸੀਂ ਉਹ ਸਾਰਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ, ਔਰ ਸਾਰੀ ਅਸੀਂ ਇੱਕ ਟੀਮ ਨੇ ਉਸ ਜਿਹੜੇ ਕੰਮ ਨੂੰ ਬਹੁਤ ਵਧੀਆ ਸੋਹਣੇ ਢੰਗ ਨਾਲ ਨਿਭਾਉਣ ਦਾ ਯਤਨ ਕੀਤਾ। ਉਸ ਤੋਂ ਬਾਅਦ ਜਿਹੜੀ ਵੈਕਸੀਨ ਲਾਉਣੀ ਸੀ, ਫਿਰ 5,000-5,000 ਅਸੀਂ ਇਕੱਠੇ ਉਹ ਟੀਕੇ ਲਿਆ ਕੇ ਉਹਨਾਂ ਦੇ ਕੈਂਪ ਜਿਹੜੇ ਨੇ ਲਾਏ ਗਏ ਹੈ। ਇੱਕ ਹੁਣ ਅਸੀਂ ਹੁਣੇ ਹੀ ਆ ਪਿੱਛੇ 3-4 ਦਿਨ ਹੋ ਗਏ ਐਗਜੈਕਟਿਵ ਦੇ ਵਿੱਚ ਕੀਤਾ ਹੈ, ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ 10-20 ਬੱਚਿਆਂ ਤੱਕ ਵੱਧ ਜਿੰਨੇ ਮਰਜ਼ੀ ਪੜ੍ਹਾਉਂਦੇ ਆ ਔਰ ਉਹਨੂੰ ਸੰਥਿਆ ਦਿੰਦੇ ਆ, ਉਹਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2,000 ਰੁਪਈਆ ਮਹੀਨਾ ਗ੍ਰੰਥੀ ਨੂੰ ਔਰ ਉਹਨੂੰ ਉਹਦਾ ਕਹਿ ਦਈਏ ਵੀ ਮਾਣ ਸਤਿਕਾਰ ਵਜੋਂ ਦੇਵੇਗੀ, ਉਹ ਸਾਨੂੰ ਰਿਜ਼ਲਟ ਦੇਵੇਗਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਸੀ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ ਵਜੀਦ ਸਾਹਿਬ, ਜੋ ਚੇਅਰਮੈਨ ਸਾਹਿਬ ਨੇ ਸਾਰੇ ਜੰਮੂ ਕਸ਼ਮੀਰ ਦੇ ਸਿੱਖਾਂ ਦੀਆਂ ਸੰਸਥਾਵਾਂ ਦੇ ਆਗੂ ਨੇ, ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਥੋੜ੍ਹਾ ਜਿਹਾ ਕੋਵਿਡ ਵੱਲੋਂ ਢਿੱਲ ਹੋ ਗਈ ਤਾਂ ਅਸੀਂ ਇਕੱਲੇ ਜੰਮੂ ਕਸ਼ਮੀਰ 'ਚ ਨਹੀਂ, ਦੇਸ਼ ਦੇ ਵਿਦੇਸ਼ਾਂ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਵੰਡ ਕੇ ਅਸੀਂ ਸਾਰੀਆਂ ਆਪਣੀਆਂ ਟੀਮਾਂ, ਜਿਸ ਤਰ੍ਹਾਂ ਸਾਡੇ ਸਿੱਖ ਮਿਸ਼ਨ ਦੇ ਇੱਥੇ ਇੰਚਾਰਜ ਨੇ ਗਿਆਨੀ ਹਰਪਿੰਦਰ ਸਿੰਘ ਜੀ, ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ, ਬਹੁਤ ਵੱਡਾ ਯਤਨ ਕਰ ਰਹੇ ਨੇ, ਔਰ ਇਸੇ ਤਰ੍ਹਾਂ ਅਸੀਂ ਇੱਕ ਜਥੇਬੰਦੀਆਂ ਬਣਾ ਕੇ ਪ੍ਰਚਾਰ ਪ੍ਰਸਾਰ, ਵੱਡੇ ਵੱਡੇ ਸਮਾਗਮ ਕਰਾਉਣੇ, ਕੀਰਤਨ ਕਥਾ, ਅੰਮ੍ਰਿਤ ਸੰਚਾਰ ਕਰਾਉਣਾ, ਜਿਵੇਂ ਅਸੀਂ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ SGPC ਵੱਲੋਂ ਮੈਂ ਤਾਂ ਦੱਸਿਆ ਇੰਨਾ ਕੁ ਸੰਖੇਪ ਦੇ ਵਿੱਚ ਕਿ ਅਸੀਂ ਬਹੁਤ ਵਧੀਆ ਕੋਸ਼ਿਸ਼ ਕਰਦੇ ਹਾਂ ਵੀ ਧਰਮ ਦੇ ਨਾਲ ਜੋੜਿਆ ਜਾਵੇ, ਆਪਣੇ ਧਰਮ ਤੋਂ ਜਾਣੂ ਕਰਵਾਇਆ ਜਾਵੇ। ਜੀ ਜੀ ਜੀ, ਬਹੁਤ ਵਧੀਆ ਉਪਰਾਲਾ ਜਿਹੜਾ SGPC ਦੇ ਵੱਲੋਂ ਕੀਤੇ ਜਾ ਰਹੇ ਨੇ ਥਾਂ ਥਾਂ 'ਤੇ ਸਮੇਂ ਸਮੇਂ ਦੀ ਲੋੜ ਦੇ ਅਨੁਸਾਰ। ਅਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਰੀ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੁਣ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਸਰਦਾਰ ਤਰਲੋਚਨ ਸਿੰਘ ਜੀ ਵਜ਼ੀਰ, ਜਿਹੜੇ ਕਿ ਹਮੇਸ਼ਾ ਹੀ ਸਾਡੇ ਗੁਰਦੁਆਰਾ ਸਾਹਿਬ ਦੇ ਜਾਂ ਸਾਡੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੀ ਅਗਵਾਈ ਕਰਦੇ ਨੇ, ਸਾਡੀ ਨੁਮਾਇੰਦਗੀ ਕਰਦੇ ਨੇ, ਸਾਡੇ ਸਿੱਖਾਂ ਦੀ ਆਵਾਜ਼ ਜੰਮੂ ਕਸ਼ਮੀਰ ਤੋਂ ਬਾਹਰ ਇਹਨਾਂ ਦੇ ਰਾਹੀਂ, ਇਹਨਾਂ ਦੇ ਉਪਰਾਲਿਆਂ ਦੇ ਰਾਹੀਂ ਪਹੁੰਚਾਈ ਜਾਂਦੀ ਹੈ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਆਪਾਂ ਅਕਸਰ ਦੇਖਦੇ ਹੁੰਦੇ ਹਾਂ ਸਾਡੇ ਧਾਰਮਿਕ ਮੁੱਦੇ ਨੇ ਜਿਹੜੇ, ਸਾਡੇ ਧਾਰਮਿਕ ਵਿਸ਼ੇ ਨੇ, ਤੁਹਾਡੇ ਰਾਹੀਂ ਸਮੇਂ ਸਮੇਂ ਦੀ ਲੋੜ ਦੇ ਅਨੁਸਾਰ ਚੁੱਕੇ ਜਾਂਦੇ ਨੇ, ਉਹ ਆਵਾਜ਼ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਵਾਜ਼ ਪਹੁੰਚਦੇ ਵਕਤ ਕਿੰਨਾ ਲੱਗਦਾ ਇਹ ਉਹ ਵਾਹਿਗੁਰੂ ਪਰਮਾਤਮਾ 'ਤੇ ਡਿਪੈਂਡ ਕਰਦਾ। ਬਾਕੀ ਚਲੋ, ਜਦੋਂ ਕੋਈ ਵੀ ਚੀਜ਼ ਆਰੰਭੀ ਜਾਂਦੀ ਹੈ, ਕੋਈ ਵੀ ਅਗਰ ਆਪਾਂ ਸੋਚ ਚੰਗੀ ਲੈ ਕੇ ਤੁਰਦੇ ਹਾਂ ਤਾਂ ਉਹਦਾ ਕੋਈ ਨਾ ਕੋਈ ਚੰਗਾ ਰਿਜ਼ਲਟ ਨਿਕਲ ਕੇ ਜ਼ਰੂਰ ਸਾਹਮਣੇ ਆਉਂਦਾ ਹੀ ਆਉਂਦਾ। ਤਾਂ ਅਕਸਰ ਜਿਹੜਾ ਇੱਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹ ਸਵਾਲ ਹੁੰਦਾ ਸੀਗਾ ਕਿ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਤੁਸੀਂ ਸਾਡੇ ਸਿੱਖ ਬੱਚਿਆਂ ਦੇ ਲਈ ਕੀ ਕਰ ਰਹੇ ਹੋ, ਤਾਂ ਉਹ ਅੱਜ ਸਵਾਲ ਦਾ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਜਵਾਬ ਮਿਲ ਗਿਆ।
कि एजुकेशन के खेत्र के डिस्ट्रिक्ट गुरद्वारा प्रबंधक कमेटी जम्मू कश्मीर है जी राही की उपराले किए जाते हैं और डिस्ट्रिक्ट गुरद्वारा प्रबंधक कमेटी जम्मू के जेडे साढ़े धार्मिक मुद्दों की अगवाई कर रहे हैं साड़ी धार्मिक मुद्दों बाहर तक पहुँचा रहे हैं उन्होंने राही जो उपराले किए गए हैं अच्छ कि ना कि उन्होंने रिजल्ट सानू निकल के सामने आ रहे हैं। तो वीर जी जोड़ा एक बहुत व्डा उपराला थोड़े सारे के सहयोग के नाल आवाज़ श्रोमणी गुरद्वारा प्रबंधक कमेटी के तक साड़ी लोड़ नू पहुँचाया साड़ी बच्चियों की लोड़ नू पहुँचाया कि सानू चाहिए एजुकेशन चाहिए है सानू उन्होंने पहुँचाया कि कहना चाहोगे इस उपराले के बारे में। वाहेगुरु जी का खालसा वाहेगुरु जी की फतेह। अज मैं गुरु रामदास के चरणों से नकमस्तक हो के कोटान कोट धन्यवाद करदा गुरु रामदास का जिन्होंने SGPC के मीत प्रधान बाबा बूटा सिंह जी इन्हां दे नाल सतिंदर सिंह जी सकत्तर एजुकेशन सुपरिटेंडेंट साहब प्रिंसीपल साहब पूरी टीम जिहड़ी आ ये पिछले 4-5 दिनों ते जम्मू बैठे ने। ये मैं समझदा ये जथेदार ज्ञानी हरप्रीत सिंह जी ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਉਹਨਾਂ ਦੇ ਸਦਕੇ ਜਿਹੜੀ ਸਾਡੀ ਆਵਾਜ਼ ਬੜੀ ਦੇਰ ਤੋਂ ਸੀ ਭਾਈ ਐਜੂਕੇਸ਼ਨ ਦੇ ਅਦਾਰੇ ਪੰਜਾਬ ਵਿੱਚ ਖੋਲ੍ਹੇ ਹੋਏ ਨੇ ਲੇਕਿਨ ਜੰਮੂ ਕਸ਼ਮੀਰ ਦੀ ਕਦੇ ਸਾਰ ਨਹੀਂ ਲਈ ਗਈ। ਉਹ ਅੱਜ ਮੇਰੇ ਉਸ ਚਰਨਾਂ 'ਚ ਜਿਹਦੇ ਬੇਨਤੀ ਕੀਤੀ ਗੁਰੂ ਰਾਮਦਾਸ ਦੇ ਉਹਨਾਂ ਸਾਡੀ ਸੁਣੀ ਆਵਾਜ਼ ਤਾਂ ਇਹ ਉੱਥੋਂ ਚੱਲ ਕੇ ਸਾਡੇ ਕੋਲ ਆਏ ਨੇ ਔਰ ਅੱਜ ਦਮਦਮਾ ਸਾਹਿਬ ਦੇ ਬਾਬਾ ਮਾਤਾ ਸਾਹਿਬ ਕੌਰਾਂ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਦੇ ਫਤਿਹਗੜ੍ਹ ਸਾਹਿਬ ਕਾਲਜ ਜਿਹਦੇ 'ਚ MBA BCA ਮਤਲਬ BTech ਹਰ ਕਿਸਮ ਦੇ ਕੋਰਸ ਨੇ ਔਰ ਉਹਨਾਂ ਨੇ ਐਗਜ਼ੀਕਿਊਟਿਵ ਵਿੱਚ ਫੈਸਲਾ ਲਿਆ ਕਿ ਇੱਥੋਂ ਦੀਆਂ ਬੱਚੀਆਂ ਜਿਹੜੀਆਂ ਮਾਤਾ ਸਾਹਿਬ ਕੌਰ ਕਾਲਜ ਦਮਦਮਾ ਸਾਹਿਬ ਪੜ੍ਹਨਗੀਆਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏਗੀ। ਇਹ ਬਹੁਤ ਵੱਡਾ ਕਦਮ ਹੈ ਸ਼ਲਾਘਾਯੋਗ ਕਦਮ ਹੈ SGPC ਦਾ ਅਤੇ ਮੈਂ ਪੂਰੇ ਜੰਮੂ ਕਸ਼ਮੀਰ ਦੀ ਸੰਗਤ ਦੀ ਤਰਫੋਂ SGPC ਦੇ ਪ੍ਰਧਾਨ ਦਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਧੰਨਵਾਦ ਕਰਦਾ। ਉਮੀਦ ਕਰਦੇ ਹਾਂ ਕਿ ਗਾਂਹ ਤੋਂ ਵੀ ਇਹ ਇਸੇ ਤਰ੍ਹਾਂ ਆਪਣੀਆਂ ਟੀਮਾਂ ਬਣਾ ਕੇ ਆਉਣਗੇ ਅਸੀਂ ਸਾਡੇ ਕੋਲੋਂ ਜੋ ਸਹਿਯੋਗ ਹੋ ਸਕੇਗਾ ਅਸੀਂ ਉਹ ਸਹਿਯੋਗ ਦੇਵਾਂਗੇ ਪਿੰਡਾਂ ਪਿੰਡਾਂ ਵਿੱਚ ਇਹਨਾਂ ਨੂੰ ਲੈ ਕੇ ਜਾਵਾਂਗੇ ਅਤੇ ਜਿੱਥੇ ਜਿਹੜੇ ਸਾਡੇ ਬੱਚੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਗਰੀਬ ਘਰਾਂ ਦੇ ਨੇ ਵਾਂਝੇ ਰਹਿ ਜਾਂਦੇ ਨੇ ਹਾਇਰ ਐਜੂਕੇਸ਼ਨ ਤੋਂ ਉਹਨਾਂ ਨੂੰ ਮੌਕਾ ਮਿਲੇਗਾ ਉਹ ਇਸ ਕੌਮ ਦੀ ਚੜ੍ਹਦੀ ਕਲਾ ਦੇ ਵਾਲੇ ਪਾਸੇ ਤੁਰਨਗੇ ਔਰ ਨਾਲ ਹੀ ਨਾਲ ਜਿੱਥੇ ਐਜੂਕੇਸ਼ਨ ਦੀ ਉਹ ਹਾਸਲ ਕਰਨਗੇ ਉੱਥੇ ਉਹਨਾਂ ਨੂੰ ਧਰਮ ਪ੍ਰਚਾਰ ਦਾ ਵੀ ਪਤਾ ਲੱਗੇਗਾ ਸਿੱਖੀ ਦਾ ਵੀ ਪਤਾ ਲੱਗੇਗਾ ਕਿਉਂਕਿ ਔਰਤ ਹੀ ਇੱਕ ਐਸੀ ਬੁਨਿਆਦ ਹੈ ਜਿਹੜੀ ਕੌਮ ਦੀ ਚੜ੍ਹਦੀ ਕਲਾ ਦੀ ਸਭ ਤੋਂ ਵੱਡੀ ਜਿਹੜੀ ਦੇਣ ਦੇ ਸਕਦੀ ਹੈ ਉਹ ਸਾਡੀ ਧੀ ਭੈਣ ਦੇ ਸਕਦੀ ਹੈ। ਤਾਂ ਮੈਂ ਇਸ ਉਪਰਾਲੇ ਦਾ ਇਸ ਪੂਰੀ ਜਿਹੜੀ ਇੱਥੇ ਇਹ ਆਏ ਨੇ ਚੱਲ ਕੇ ਬਾਬਾ ਬੂਟਾ ਸਿੰਘ ਜੀ ਸਕੱਤਰ ਸਾਹਿਬ ਸੁਖਵਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਸੁਪਰਡੈਂਟ ਸਾਹਿਬ ਉੱਥੋਂ ਦੇ ਦਮਦਮਾ ਸਾਹਿਬ ਦੇ ਮੈਂ ਇਹਨਾਂ ਦਾ ਵੀ ਪੂਰੀ ਜੰਮੂ ਕਸ਼ਮੀਰ ਦੀ ਸੰਗਤ ਤੋਂ ਧੰਨਵਾਦ ਕਰਦਾ ਅਤੇ ਫਿਰ SGPC ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੁਣ ਸਾਡੇ ਨਾਲ ਇਸੇ ਹੀ ਵਿਸ਼ੇ ਤੇ ਉੱਤੇ ਗੱਲਬਾਤ ਕਰਨਗੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਫਤਿਹ ਸਿੰਘ ਜੀ, ਜਿਹੜੇ ਕਿ ਸਾਨੂੰ ਹਮੇਸ਼ਾ ਹੀ ਹਰ ਇੱਕ ਵਿਸ਼ੇ ਤੋਂ ਜਾਣੂ ਕਰਵਾਉਂਦੇ ਰਹਿੰਦੇ ਨੇ। ਸਾਡੇ ਉਹ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਹੋਵੇ ਜਾਂ ਸਾਡੇ ਧਾਰਮਿਕ ਕੋਈ ਵੀ ਗੱਲ ਹੋਵੇ, ਉਹ ਹਮੇਸ਼ਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਅਤੇ ਹੁਣ ਉਹ ਸਾਡੇ ਨਾਲ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਤਾਂ ਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਹੜਾ ਇਹ ਉਪਰਾਲਾ ਕੀਤਾ ਗਿਆ, ਆਪਾਂ ਪਹਿਲਾਂ ਵੀ ਇਹਦੇ ਉੱਤੇ ਗੱਲਬਾਤ ਕੀਤੀ ਸੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਨ, ਅੱਜ ਇਹ ਕਾਉਂਸਲਿੰਗ ਹੋ ਰਹੀ ਹੈ ਔਰ ਇੱਦਾਂ ਲੱਗ ਰਿਹਾ ਸਟੈਪ ਬਾਏ ਸਟੈਪ ਬਹੁਤ ਵਧੀਆ ਹੋਣ ਜਾ ਰਿਹਾ। ਜੰਮੂ ਕਸ਼ਮੀਰ ਦੇ ਵਿੱਚ ਕੁਛ ਜਿਹੜੇ ਕਿ ਸਵਾਲ ਸਾਡੇ ਜ਼ਹਿਨ ਦੇ ਵਿੱਚ ਸੀ ਜਾਂ ਹੋਰਾਂ ਦੇ ਜ਼ਹਿਨ ਦੇ ਵਿੱਚ ਸੀ, ਸ਼ਾਇਦ ਸਾਨੂੰ ਲੱਗਦਾ ਹੁਣ ਉਹ ਦਿਨ ਆ ਗਏ ਨੇ ਕਿ ਉਹ ਕਲੀਅਰ ਹੁੰਦੇ ਜਾਣਗੇ ਅਤੇ ਹੌਲੀ ਹੌਲੀ ਸਾਰਾ ਕੁਛ ਮਤਲਬ ਸਾਨੂੰ ਦਿਖਣਾ ਸ਼ੁਰੂ ਹੋਣਾ ਲੱਗ ਗਿਆ ਔਰ ਬਹੁਤ ਵਧੀਆ ਵਧੀਆ ਉਪਰਾਲੇ ਵੀ ਜੰਮੂ ਕਸ਼ਮੀਰ ਦੇ ਲਈ ਕੀਤੇ ਜਾ ਰਹੇ ਨੇ, ਜਿੰਨਾ ਆਪਾਂ ਸੋਚਦੇ ਹੁੰਦੇ ਕਿ ਸਾਡੇ ਜੇ ਐਂਡ ਕੇ ਨੂੰ ਕਿਤੇ ਨਾ ਕਿਤੇ ਇਗਨੋਰੈਂਸ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਔਰ ਇਹੀ ਸਾਡਾ ਜੰਮੂ ਕਸ਼ਮੀਰ ਹੁਣ ਪ੍ਰਾਇਓਰਿਟੀ ਦੇ ਉੱਤੇ ਆ ਗਿਆ। ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਲਈ? ਮੈਂ ਅੱਜ ਜੰਮੂ ਕਸ਼ਮੀਰ ਦੀਆਂ ਸਾਰੀਆਂ ਸੰਗਤਾਂ ਨੂੰ ਇੱਕ ਤਾਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦਾ ਹਮੇਸ਼ਾ ਸਾਡੇ ਨਾਲ ਇਹ ਗਿਲਾ ਰਹਿੰਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਇਤਨੀ ਵੱਡੀ ਸਿੱਖਾਂ ਦੀ ਸੰਸਥਾ ਹੈ ਪਰ ਸਾਡੇ ਜੰਮੂ ਕਸ਼ਮੀਰ ਵਾਸਤੇ ਉਹਨਾਂ ਨੇ ਕੁਝ ਨਹੀਂ ਕੀਤਾ। ਉਹ ਚੇਅਰਮੈਨ ਸਾਹਿਬ ਸਤਿਕਾਰਯੋਗ ਤਰਲੋਚਨ ਸਿੰਘ ਜੀ ਵਜ਼ੀਰ ਅਤੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸੀਂ ਵਾਰ ਵਾਰ ਉਹਨਾਂ ਕੋਲ ਜਾਂਦੇ ਰਹੇ ਹਾਂ। ਜਿਸ ਤਰ੍ਹਾਂ ਐਸ ਜੀ ਪੀ ਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨਾਲ ਵੀ ਕਈ ਵਾਰ ਮੁਲਾਕਾਤਾਂ ਹੋਈਆਂ ਲੇਕਿਨ ਉਹਨਾਂ ਨੇ ਹਮੇਸ਼ਾ ਆਸ਼ਵਾਸਨ ਦਿੱਤਾ ਕਿ ਅਸੀਂ ਜ਼ਰੂਰ ਗੌਰ ਕਰਾਂਗੇ। ਪਰ ਇਸ ਵਾਰ ਸਾਡੇ ਲਈ ਉਹ ਤੋਹਫ਼ਾ ਲੈ ਕੇ ਆਏ ਨੇ ਜੋ ਕਿ ਮਾਤਾ ਸਾਹਿਬ ਕੌਰ ਗਰਲ ਕਾਲਜ ਦੇ ਵਿੱਚ 400 ਸੀਟਾਂ ਦਾ ਉਹਨਾਂ ਨੇ ਐਲਾਨ ਕੀਤਾ ਹੈ, ਲੇਕਿਨ ਫਸਟ ਪ੍ਰੈਫਰੈਂਸ ਸਾਡੇ ਜੰਮੂ ਕਸ਼ਮੀਰ ਨੂੰ ਦਿੱਤੀ ਹੈ ਕਿ ਵੱਧ ਤੋਂ ਵੱਧ ਬੱਚੀਆਂ ਤੁਸੀਂ ਸਾਡੇ ਪਾਸ ਲਿਆਓ, ਜੋ ਕਿ ਫ੍ਰੀ ਅਸੀਂ ਉਹਨਾਂ ਨੂੰ ਹੋਸਟਲ ਫ੍ਰੀ ਹੋਏਗਾ, ਪੜ੍ਹਾਈ ਫ੍ਰੀ ਹੋਏਗੀ, ਪਲੱਸ ਵਨ ਪਲੱਸ ਟੂ ਤੋਂ ਲੈ ਕੇ ਹਾਈ ਐਜੂਕੇਸ਼ਨ ਤੱਕ, ਗ੍ਰੈਜੂਏਟ ਤੱਕ ਦੀ ਜਿਹੜੀ ਬੀ ਐੱਸ ਸੀ ਬੀ ਏ ਬੀ ਸੀ ਏ ਇਹ ਸਾਰੀਆਂ ਪੜ੍ਹਾਈਆਂ ਹਾਈ ਐਜੂਕੇਸ਼ਨ ਫ੍ਰੀ ਕਰਵਾਉਣਗੇ। ਇਹ ਇਹਨਾਂ ਨੇ ਤੋਹਫ਼ਾ ਸਾਨੂੰ ਦਿੱਤਾ ਸੀ। ਉਸ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦੀ ਟੀਮ ਜੋ ਕਿ ਸਾਡੇ ਪਾਸ ਪਹੁੰਚੇ ਨੇ, ਬਾਬਾ ਬੂਟਾ ਸਿੰਘ ਜੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਅਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਸੁਖਵਿੰਦਰ ਸਿੰਘ ਜੀ ਸਰਨਲ ਸਕੱਤਰ ਨੇ, ਉਹ ਇੱਥੇ ਪਹੁੰਚੇ ਨੇ, ਉਹਨਾਂ ਦੀ ਹੋਰ ਸਾਰੀ ਟੀਮ। ਜੇ ਕਿ ਮੈਂ ਪਰਸੋਂ ਤੁਹਾਡੇ ਨਾਲ ਜੋ 2-4 ਦਿਨ ਪਹਿਲੇ ਗੱਲ ਕੀਤੀ ਸੀਗੀ ਕਿ ਕੌਂਸਲਿੰਗ ਲਈ ਉਹਨਾਂ ਦੀ ਟੀਮ ਪਹੁੰਚ ਰਹੀ ਹੈ ਸਾਡੇ ਪਾਸ, ਉਹ ਪੁੱਜ ਗਈ ਹੈ, ਅੱਜ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਵਿਖੇ ਕੌਂਸਲਿੰਗ ਕਰ ਰਹੇ ਨੇ। 50 ਤੋਂ 60 ਬੱਚੇ ਸਾਡੇ ਪਾਸ ਪਹੁੰਚੇ ਨੇ ਜੋ ਕੌਂਸਲਿੰਗ ਵਿੱਚ ਭਾਗ ਲੈ ਰਹੇ ਨੇ। ਸਾਨੂੰ ਬੜੀ ਖੁਸ਼ੀ ਦਾ ਇੱਕ ਮੁਕਾਮ ਹੈ ਕਿ ਖੁਸ਼ੀ ਹੋਈ ਹੈ ਕਿ ਸਾਡੀਆਂ ਬੱਚੀਆਂ ਜਿਹੜੀਆਂ ਕਿ ਹਾਈ ਐਜੂਕੇਸ਼ਨ ਪ੍ਰਾਪਤ ਨਹੀਂ ਸੀ ਕਰ ਸਕਦੀਆਂ, ਜਿਹੜੇ ਗਰੀਬ ਤਬਕੇ ਨਾਲ ਰਿਲੇਟਡ ਸਨ, ਪਿੰਡ ਵਾਲੀਆਂ ਬੱਚੀਆਂ ਸਨ, ਦੂਰ ਦੁਰਾਡੇ ਵਾਲੀਆਂ ਬੱਚੀਆਂ ਜਿਹੜੇ ਅਫੋਰਡ ਨਹੀਂ ਸੀ ਕਰ ਸਕਦੇ ਬਾਹਰ ਜਾ ਕੇ ਇੰਜੀਨੀਅਰ ਕਰ ਸਕਣ ਜਾਂ ਉਹ ਹਾਈ ਐਜੂਕੇਸ਼ਨ ਲੈ ਸਕਣ, ਉਹਨਾਂ ਨੂੰ ਵੀ ਮੌਕਾ ਮਿਲਿਆ। ਔਰ ਇਹਨਾਂ ਦੀ ਇੱਕ ਸਭ ਤੋਂ ਵੱਡੀ ਮੈਂ ਸ਼ਲਾਘਾ ਕਰਾਂਗੇ ਕਿ ਇਹਨਾਂ ਨੇ ਸਭ ਤੋਂ ਪਹਿਲੀ ਇੱਕ ਇਹ ਰੱਖਿਆ ਕਿ ਉਹ ਬੱਚੀ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈ। ਅਗਰ ਅੰਮ੍ਰਿਤਧਾਰੀ ਨਹੀਂ ਹੈ ਤਾਂ ਉਸਨੂੰ ਅੰਮ੍ਰਿਤਪਾਨ ਕਰਨਾ ਪਵੇਗਾ, ਤਾਂ ਹੀ ਉਸਨੂੰ ਇੱਥੇ ਐਡਮਿਸ਼ਨ ਮਿਲੇਗੀ, ਤਾਂ ਕਿ ਜੋ ਬੱਚੀ ਜਦੋਂ ਉਹ ਹਾਈ ਐਜੂਕੇਸ਼ਨ ਲੈ ਕੇ ਆਵੇ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਭ ਤੋਂ ਪਹਿਲਾ ਸਟੈਪ ਚੁੱਕਿਆ ਸੀ, ਜੋ ਦੂਸਰੇ ਧਰਮਾਂ ਦੇ ਵਿੱਚ ਇਸਤਰੀ ਨੂੰ ਬੜਾ ਲਿਤਾੜਿਆ ਗਿਆ ਸੀ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆ ਕੇ ਕਿਹਾ ਸੀ ਭੰਡ ਜੰਮੀ ਹੈ ਭੰਡ ਨਿੰਮੀ ਹੈ, ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਪਾ ਲਿਆ ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਅਗਰ ਸਾਡੇ ਇਸਤਰੀ ਜਗਤ ਵਿੱਚ ਸਾਡੀਆਂ ਧੀਆਂ ਭੈਣਾਂ ਸਾਡੀਆਂ ਬੱਚੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ, ਧਰਮ ਨਾਲ ਜੁੜੀਆਂ ਹੋਣਗੀਆਂ, ਅਤੇ ਉਹਨਾਂ ਦੇ ਬੱਚੇ ਵੀ ਧਰਮ ਨਾਲ ਜੁੜੇ ਹੋਣਗੇ, ਗੁਰੂ ਵਾਲੇ ਹੋਣਗੇ, ਬਾਣੀ ਅਤੇ ਬਾਣੇ ਨਾਲ ਜੁੜੇ ਹੋਣਗੇ, ਅੰਮ੍ਰਿਤ ਅਤੇ ਅੰਮ੍ਰਿਤ ਵੇਲੇ ਨਾਲ ਜੁੜੇ ਹੋਣਗੇ। ਇਹ ਇੱਕ ਬੜਾ ਸ਼ਲਾਘਾਯੋਗ ਜਿਹੜਾ ਕਦਮ ਸੀ ਸ਼੍ਰੋਮਣੀ ਕਮੇਟੀ ਨੇ ਚੁੱਕਿਆ, ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਆਪਣੀ ਸੰਗਤ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿ ਸਾਡੇ ਲਈ ਇਹ ਸੁਨਹਿਰੀ ਮੌਕਾ ਇਹ ਨਾ ਗਵਾਈਏ। ਪਿੰਡਾਂ ਪਿੰਡਾਂ ਵਿੱਚ ਜਿਤਨੀਆਂ ਵੀ ਡੀ ਜੀ ਪੀ ਸੀ ਹਨ ਸਾਡੇ ਜੰਮੂ ਕਸ਼ਮੀਰ ਦੀਆਂ, ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਪਿੰਡਾਂ 'ਚ ਜਾ ਕੇ ਆਪਣੇ ਕਸਬੇ 'ਚ ਜਾ ਕੇ ਜਿੱਥੇ ਸਾਡੀ ਸਿੱਖ ਵਸੂ ਹੈ ਉੱਥੋਂ ਬੱਚੀਆਂ ਕੱਢ ਕੇ ਲਿਆਓ, ਵੱਧ ਤੋਂ ਵੱਧ ਬੱਚੀਆਂ। ਇਹਨਾਂ ਨੇ ਕਿਹਾ ਅਗਰ 200 ਬੱਚੀਆਂ ਵੀ ਜੰਮੂ ਕਸ਼ਮੀਰ ਦੀਆਂ ਸਾਨੂੰ ਮਿਲਣਗੀਆਂ ਤਾਂ ਅਸੀਂ ਉਹਨਾਂ ਨੂੰ ਐਡਮਿਸ਼ਨ ਦੇਵਾਂਗੇ। ਇਸ ਕਰਕੇ ਅਸੀਂ ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ
ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਿਹੜੀ ਟੀਮ ਇੱਥੇ ਆਈ ਹੈ ਅਸੀਂ ਇਹਨਾਂ ਦੇ ਵੀ ਦਿਲ ਦੀਆਂ ਗਹਿਰਾਈ 'ਚੋਂ ਧੰਨਵਾਦ ਕਰਦੇ ਹਾਂ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਨੇ ਔਰ ਇਹ ਕੌਂਸਲਿੰਗ ਕਰ ਰਹੇ ਨੇ। ਇਹਨਾਂ ਨੇ ਸ਼੍ਰੀਨਗਰ ਵੀ ਜਾਣਾ ਹੈ, ਉੱਥੇ ਵੀ ਬੱਚੀਆਂ ਜਿਹੜੀਆਂ ਹੋਣਗੀਆਂ ਉਹਨਾਂ ਦੀ ਕੌਂਸਲਿੰਗ ਕਰਕੇ ਵੱਧ ਤੋਂ ਵੱਧ ਬੱਚੀਆਂ ਸਾਡੀਆਂ ਪੜ੍ਹ ਲਿਖ ਕੇ ਹਾਈ ਐਜੂਕੇਸ਼ਨ ਪ੍ਰਾਪਤ ਕਰਨਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋਏਗਾ। ਅਤੇ ਅਸੀਂ ਇਹਨਾਂ ਨਾਲ ਅੱਗਾਂ ਵੀ ਗੱਲ ਕਰ ਰਹੇ ਹਾਂ, ਜਿਹੜੇ ਤੁਹਾਡੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਨੇ, ਗੁਰੂ ਰਾਮਦਾਸ ਪਾਤਸ਼ਾਹ ਦੇ ਕਾਲ ਨਾਂ 'ਤੇ ਕਾਲਜ ਨੇ, ਜਿੰਨੇ ਵੀ ਕਾਲਜ ਨੇ, MBBS ਕਾਲਜ ਨੇ, ਉਹਨਾਂ ਵਿੱਚ ਵੀ ਸਾਨੂੰ ਕੁਛ ਸੀਟਾਂ ਸਾਡੇ ਲਈ ਰਿਜ਼ਰਵ ਕੀਤੀਆਂ ਜਾਣ ਜੰਮੂ ਕਸ਼ਮੀਰ ਦੇ ਲਈ, ਤਾਂ ਕਿ ਜਿਹੜੇ ਸਾਡੇ ਬੱਚੇ MBBS ਕਰਨ ਵਿੱਚ ਘੱਟੋ ਘੱਟ 50 ਲੱਖ 60 ਲੱਖ ਦਾ ਖਰਚਾ ਆਉਂਦਾ, ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ, ਜਿਹੜੇ ਬੱਚੇ ਇੰਟੈਲੀਜੈਂਟ ਨੇ, ਜਿਹੜੇ ਬੱਚੇ 90+ ਨੰਬਰ ਲੈਂਦੇ ਨੇ, ਉਹਨਾਂ ਨੂੰ ਉੱਥੇ ਮੌਕਾ ਮਿਲੇ ਤਾਂ ਕਿ ਉਹ ਬੱਚੇ ਇਹ ਪੜ੍ਹਾਈ ਪ੍ਰਾਪਤ ਕਰ ਸਕਣ। ਇਹ ਸਾਡੇ ਲਈ ਇੱਕ ਬੜਾ ਸ਼ਲਾਘਾਯੋਗ ਜੋ ਯਤਨ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ। ਸਾਨੂੰ ਆਸ ਹੈ ਕਿ ਆਉਣ ਦੇ ਵੇਲੇ ਸਮੇਂ 'ਚ ਉਹਨੇ ਵੱਡੇ ਜਿਹੜੇ ਇੰਜੀਨੀਅਰ ਕਾਲਜ, MBBS ਕਾਲਜ ਜਾਂ ਗੁਰੂ ਰਾਮਦਾਸ ਕਾਲਜ ਵਿੱਚ ਸਾਨੂੰ ਕੋਈ ਸੀਟਾਂ ਸਾਡੇ ਲਈ ਰਿਜ਼ਰਵ ਕਰਨਗੇ। ਅਸੀਂ ਹਮੇਸ਼ਾ ਜਦੋਂ ਜਦ ਕਰਦੇ ਰਹਾਂਗੇ, ਸਾਡੇ ਚੇਅਰਮੈਨ ਸਾਹਿਬ ਹਮੇਸ਼ਾ ਉਹਨਾਂ ਨਾਲ ਟਾਈ ਅਪ ਰੱਖਦੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਵੱਧ ਤੋਂ ਵੱਧ ਪ੍ਰਾਪਤੀ ਹੋ ਸਕਦੀ ਹੈ ਅਗਰ ਅਸੀਂ ਇਹਨਾਂ ਨੂੰ ਇਹ 200 ਬੱਚੀਆਂ ਜੰਮੂ ਕਸ਼ਮੀਰ ਵਿੱਚੋਂ ਦੇ ਦਈਏ, ਜੋ ਕਿ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਦੇ ਵਿੱਚ +1 ਤੋਂ ਲੈ ਕੇ ਹਾਈ ਐਜੂਕੇਸ਼ਨ ਤੱਕ ਸਾਨੂੰ ਇਹ ਤੋਹਫ਼ਾ ਮਿਲਿਆ, ਉਸ ਦਾ ਅਸੀਂ ਪੂਰਾ ਪੂਰਾ ਲਾਭ ਉਠਾਈਏ। ਅਸੀਂ ਉਹਨਾਂ ਦਾ ਕੋਟਾਨਕੋਟ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਫਤਿਹ ਸਿੰਘ ਜੀ, ਜਨਰਲ ਸਕੱਤਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ, ਔਰ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਔਰ ਫਿਰ ਤੋਂ ਮੈਂ ਇੱਕ ਵਾਰੀ ਸਾਂਝਾ ਕਰ ਦੇਵਾਂ ਕਿ ਜਿਹੜੀ ਕੌਂਸਲਿੰਗ ਹੈ ਇਹ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਦਮਦਮਾ ਸਾਹਿਬ ਬਠਿੰਡਾ, ਉੱਥੇ ਜਿਹੜੀ ਇਹ ਕੌਂਸਲਿੰਗ ਹੋਣ ਤੋਂ ਬਾਅਦ ਬੱਚੀਆਂ ਦਾ ਜਿਹੜਾ ਦਾਖਲਾ ਹੈ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਐਂਡ ਕੋਲਜੀਏਟ, ਕਿਉਂਕਿ 11th 12th ਕਲਾਸਿਸ ਵੀ ਨੇ, ਉਸ ਤੋਂ ਬਾਅਦ ਗ੍ਰੈਜੂਏਸ਼ਨ ਹਾਇਰ ਐਜੂਕੇਸ਼ਨ ਦੇ ਲਈ ਵੀ ਬੱਚੀਆਂ ਉੱਥੇ ਹੀ ਰਹਿਣਗੀਆਂ, ਔਰ ਬਹੁਤ ਜ਼ਿਆਦਾ ਸੇਫ ਐਂਡ ਸਿਕਿਓਰ ਇਨਵਾਇਰਨਮੈਂਟ ਹੈ। ਸਾਡੇ ਇੱਥੋਂ ਦੇ ਬੱਚਿਆਂ ਦੇ, ਇੱਥੋਂ ਦੀ ਬੱਚੀਆਂ ਦੇ ਮਾਪਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਵਾਰ ਵਾਰ ਯਕੀਨ ਦਵਾਏ ਜਾ ਰਹੇ ਨੇ, ਔਰ ਇੱਥੋਂ ਦੀ ਜਿਹੜੀ ਇਹਨਾਂ ਦੀ ਫੈਕਲਟੀ ਨਾਲ ਆਈ, ਇਹਨਾਂ ਦਾ ਸਟਾਫ ਨਾਲ ਆਇਆ, ਬਹੁਤ ਅੱਛੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਇਆ ਜਾ ਰਿਹਾ, ਬਹੁਤ ਅੱਛੇ ਤਰੀਕੇ ਦੇ ਨਾਲ ਬੱਚਿਆਂ ਨੂੰ ਗਾਈਡ ਕੀਤਾ ਜਾ ਰਿਹਾ। ਅਸੀਂ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਦੇ ਵੱਲੋਂ ਇਹਨਾਂ ਆਏ ਹੋਏ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਹੁਣ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਸੁਖਮਿੰਦਰ ਸਿੰਘ ਜੀ, ਜਿਹੜੇ ਕਿ ਐਜੂਕੇਸ਼ਨ ਦੇ ਵਿੱਚ ਸਕੱਤਰ ਨੇ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ਼ ਅ ਸਕੱਤਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ HEPC। ਔਰ ਜਿਸ ਤਰ੍ਹਾਂ ਦੇ ਨਾਲ ਮੈਂ ਇਹਨਾਂ ਦੇ ਪ੍ਰਤੀ ਤੁਹਾਨੂੰ ਥੋੜ੍ਹਾ ਜਿਹਾ ਵੇਰਵਾ ਦਿੱਤਾ ਹੈ, ਸੋਚਣ ਵਾਲੀ ਗੱਲ ਇਹੀ ਹੈ ਕਿ ਬਹੁਤ ਸੈਂਸਿਟਿਵ ਜਿਹਾ ਕੰਮ ਹੈ ਇਹਨਾਂ ਦਾ, ਬਹੁਤ ਇਮਾਨਦਾਰੀ ਦੇ ਨਾਲ, ਬਹੁਤ ਹੀ ਸੋਚ ਸਮਝ ਕੇ ਇਹਨਾਂ ਦੇ ਰਾਹੀਂ ਇੱਕ ਇੱਕ ਸਟੈਪ ਲਿਆ ਜਾਣਾ ਇਸ ਟਾਈਮ, ਕਿਉਂਕਿ ਸਾਡਾ ਸੁਨਹਿਰਾ ਭਵਿੱਖ ਇਹਨਾਂ ਦੇ ਹੱਥ ਵਿੱਚ ਹੈ, ਸਾਡੀ ਕੌਮ ਦੀਆਂ ਬੱਚੀਆਂ ਇਹਨਾਂ ਦੇ ਸਿਰ 'ਤੇ ਉੱਤੇ, ਇਹਨਾਂ ਦੇ ਟਰੱਸਟ ਦੇ ਨਾਲ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਰੋਸੇ 'ਤੇ, ਸਾਡੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੀ, ਜਿਹੜੀ ਉਹਨਾਂ ਦੇ ਭਰੋਸੇ ਦੇ ਉੱਤੇ ਉਹਨਾਂ ਦੇ ਵੱਲੋਂ ਭਰੋਸਾ ਦਵਾਇਆ ਗਿਆ ਮਾਪਿਆਂ ਨੂੰ ਕਿ ਤੁਸੀਂ ਜਿੱਥੇ ਆਪਣੇ ਬੱਚਿਆਂ ਨੂੰ ਭੇਜ ਰਹੇ ਹੋ ਅਸੀਂ ਪੂਰੀ ਪੂਰੀ ਤੁਹਾਨੂੰ ਤਸੱਲੀ ਦਿਵਾਉਂਦੇ ਹਾਂ, ਪੂਰੀ ਪੂਰੀ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਹਾਡੀਆਂ ਬੱਚੀਆਂ ਸੇਫ ਹੈਂਡਸ ਦੇ ਵਿੱਚ ਜਾ ਰਹੀਆਂ ਨੇ, ਬਹੁਤ ਵਧੀਆ ਉਹਨਾਂ ਦਾ ਧਿਆਨ ਮਾਪਿਆਂ ਦੀ ਤਰ੍ਹਾਂ ਰੱਖਿਆ ਜਾਏਗਾ। ਔਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਇਹਨਾਂ ਵੀਰ ਜੀ ਦਾ। ਜੀ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪ ਇੱਥੇ ਆ ਕੇ ਪੂਰੀ ਚੀਜ਼ ਨੂੰ ਵਾਚ ਕਰਨ ਦੇ ਲਈ, ਕਿਉਂਕਿ ਹੋ ਸਕਦਾ ਸੀ ਕਿ ਤੁਸੀਂ ਆਪਣਾ ਸਟਾਫ ਹੋਰ ਭੇਜ ਸਕਦੇ ਸੀ ਜਾਂ ਹੋਰ ਇੱਕ ਟੀਮ ਬਣਾ ਕੇ ਭੇਜ ਸਕਦੇ ਸੀ, ਲੇਕਿਨ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਆ ਕੇ ਖੁਦ ਸਾਰੀਆਂ ਚੀਜ਼ਾਂ ਨੂੰ ਵਾਚਣ ਦੇ ਲਈ ਇੱਥੇ ਪਹੁੰਚੇ ਹੋ, ਤਾਂ ਇਹ ਬਹੁਤ ਵੱਡੀ ਇੱਕ ਆਪਣੇ ਕੰਮ ਨੂੰ ਲੈ ਕੇ ਬੜੀ ਚਿੰਤਾ ਜ਼ਾਹਰ ਕਰਨ ਵਾਲਾ ਇੱਕ ਬਣ ਜਾਂਦਾ ਹੈ ਕਿ ਤੁਸੀਂ ਆਪਣੇ ਕੰਮ ਨੂੰ ਲੈ ਕੇ ਕਿੰਨੇ ਜ਼ਿਆਦਾ ਚਿੰਤਾਜਨਕ ਹੋ। ਇਹਦੇ ਲਈ ਅਸੀਂ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਔਰ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਜੀ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਆਪਾਂ ਲਗਾਤਾਰ ਸਵਾਲ ਕਰ ਰਹੇ ਹਾਂ, ਹਰ ਇੱਕ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਪਰਾਲੇ ਦੇ ਤੌਰ 'ਤੇ ਵੀ ਬੋਲਿਆ, ਮਤਲਬ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਦਾ ਉੱਥੇ ਰਹਿਣਾ ਹੋਵੇਗਾ, ਇਸ ਦੇ ਉੱਪਰ ਵੀ ਸਾਰਿਆਂ ਨੇ ਆਪਣੇ ਬਹੁਤ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਹੁਣ ਤੁਸੀਂ ਐਜ਼ ਅ ਐਜੂਕੇਸ਼ਨ ਸਕੱਤਰ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉੱਥੇ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਦਾ ਅਗਾਂਹ ਫਿਊਚਰ ਰਹੇਗਾ, ਕੀ ਅਸੀਂ ਤੁਸੀਂ ਸੋਚ ਕੇ ਚੱਲ ਰਹੇ ਹੋ, ਕੀ ਤੁਹਾਡੀ ਸੋਚ ਦੇ ਵਿੱਚ ਚੱਲ ਰਿਹਾ, ਇਸ ਇਹਨਾਂ ਗੱਲਾਂ ਤੋਂ ਤੁਸੀਂ ਬੜੇ ਡੀਪਲੀ ਜਾਣੂ ਹੋ। ਇਸ ਕਰਕੇ ਅਸੀਂ ਤੁਹਾਨੂੰ ਤੁਹਾਡੇ ਕੋਲੋਂ ਵੇਰਵਾ ਲੈਣਾ ਚਾਹਾਂਗੇ ਕਿ ਇੱਕ ਤਾਂ ਸਾਨੂੰ ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਸਟ੍ਰੀਮ ਕੀ ਰਹਿਣਗੀਆਂ, ਔਰ ਉਹਨਾਂ ਸਟ੍ਰੀਮ ਦੇ ਨਾਲ ਨਾਲ ਅਗਾਂਹ ਕੋਰਸਿਸ ਕੀ ਰਹਿਣਗੇ ਔਰ ਕਿੱਦਾਂ ਰਹਿਣਗੇ ਉਹ ਕੋਰਸਿਸ, ਕਿਸ ਤਰ੍ਹਾਂ ਦੇ ਨਾਲ ਸਾਡੀਆਂ ਬੱਚੀਆਂ ਐਜੂਕੇਸ਼ਨ ਹਾਸਲ ਕਰਨਗੀਆਂ। ਸਭ ਤੋਂ ਪਹਿਲਾਂ ਤਾਂ ਗੁਰੂ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
देखो जिस तरह तुसी कहा ये उपराला जिहड़ा कीता गया बहुत वड्डा साडा ये एक उपराला है। जदों कोई भी किसी भी चीज़ की शुरुआत होंदी है तो उहदे लई कई सवाल जवाब भी होंदे ने जी। हरेक दे पेरेंट्स के दिमाग च भी ये सवाल आउंदे आ भी साडियां बच्चियां ने उत्थे जाना है। पहला सवाल भी उह किस तरह जाणगियां किवें आ किहड़े कोर्स करनगियां किवें उहनां नूं पढ़ाया जाऊगा उत्थे फैकल्टी किहो जिही होगी। सो इहनां नूं मुख रखदे हुए असीं साडा पहलां असीं पहला क्योंकि उपराला है इस करके साडा ये बनता सी कि असी आप खुद आईए तो साढ़े नाल मेरे नाल साढ़े प्रधान साहब बाबा बूटा सिंह जी आए हैं ता जो लोगों का असं इतों का विश्वास जीतीए पहला भी उन्होंने विश्वास दवाइए भी तुहाड़ियां बच्चियां नूं उत्थे आ कोर्स जिहड़े करवाए जाणगे। हुण जितों तक कोर्स की गल है कोर्स असी जिन्हें भी साढ़े उस माता साहिब कौर गर्ल्स कॉलेज तलवंडी साहब विखे चल रहे हैं उहदे विच साढ़े आफ्टर टेंथ तो 10+1, 10+2 अंडर ग्रेजुएशन जिहड़े कोर्स ने कई स्ट्रीम्स ने कमर्स आर्ट्स तो +1+2 के भी साढ़े को विद साइंस भी है मैडिकल नॉन मैडिकल भी है ये सारे कोर्स के असी उन्होंने बच्चों एडमिशन देवे उत्थे असी अलग अलग इन दी है वंड की हुई है असी जिहड़ियां बच्चों जोड़ा है थोड़ा जा इकनोमिकली वीकनेस या अदर स्टेट इस हिसाब के नाल भी असी वंड की हुई है तो ये सारी जी टोटल स्ट्रीम के इन्हों दाखिले देव जी। वीर जी जिस तरह के नाल तुसी कहा है कि इन जड़िया सारिया स्ट्रीम्स के वंड वंड के बच्चों बहुत वधिया तरीके दे नाल जड़ी एजुकेशन प्रोवाइड की जाएगी। एजुकेशन की गल तो चलो हुई ये साड़ी दुनियावी तौर पर पढ़ाई है जिदे विच हर एक फील्ड से साड़िया बच्चियां नू अगा आना जरूरी है। एजुकेशन के नाल नाल साड़ा धर्म भी एक सब तो उचेरी चीज़ सब तो वड्डी चीज़ साडे लई जिहदा असी प्रचार प्रसार करना वह साड़ा धर्म है। एजुकेशन के नाल नाल होर की कुछ बच्चों नू इत्थे सिखाया जाएगा होर कहदियां एक्सट्रा टाइम क्लास। हाँ जी जिस तरह ये बहुत वधिया सवाल तुसीं जिहड़ा कीता है देखो असी साडा मेन मकसद ही ये सीगा इस कॉलेज दे विच फ्री जिहड़ी एजुकेशन देना बच्चियां नूं इस अदारे दे विच लैके आउणा तां जो असी सिक्खी सिधांतां दे अनुसार इन्हां बच्चियां नूं जोड़ के उस ते लिआंदा जावे तां जो इत्थों बच्चियां पढ़ के जिथे ये साइंस ते दुनियावी विद्या दी ये पढ़ाई करनगियां उत्थे इस दे नाल नाल असीं इन्हां नूं धार्मिक विद्या भी देवांगे। धार्मिक विद्या दा इस दे नाल इन्हां नूं सिक्खी सिधांतां दे सारे उस दे अनुकूल बनावांगे तां जो इह इत्थों जा के वधिया समाज की एक सेवा कर सकन। सिक्खी सिधांतां मूल है भी सब तो पहले किरत करो नाम जपो वंड छको सो उस दे अनुसार इन्हां नूं सारे उस तरह के काम जिहड़े हैगे करावांगे। इहदे नाल तुहानूं दस दईए कि असीं वैदिक करिकुलम दे विच जो भी आउंदे आ उह तां पीरियड इन्हां दे अकैडमिक तौर ते लगने ही लगने ने इस तों अलावा असीं इन्हां दीआं जिहड़ी बहुत कंपलसरी कीता होया उह इह हैगा कि इन्हां ने इस कोर्स दे दौरान इन्हां लई लाजमी होएगा गुरद्वारा साहब दे विच साडा उत्थे होस्टल दे विच ही गुरद्वारा साहब साडे प्रकाशमान होंगे तो उत्थे असीं इन्हां नूं इन्हां दा जाणा कंपलसरी होगा उहदे नाल उत्थे असीं इन्हां नूं गुरबाणी की संथ्या करवानी है कंपलसरी होएगी कीर्तन सिखाना इन्हां लई जरूरी होएगा साडे इस तरह सारा स्टाफ इन्हां लई रख्या होया जी। बहुत वधिया और वीर जी जिस तरह के नाल बच्चियां साड़ियां इत्थे जम्मू कश्मीर दीआं बच्चियां जाके होस्टल दे विच रहणगियां वरिड ते हुंदे ने सारे मापे अपने बच्चियां नूं घर तो बाहर भेजना इन्नी दूर 400 किलोमीटर के लगभग तो किस तरह के नाल होस्टल की सिक्योरिटी रहेगी कि साड़ियां बच्चियां किस तरह के नाल तुसीं यकीन दवाउंदे हो कि उत्थे बिल्कुल सेफ सिक्योर ने। बिल्कुल जी ये भी एक चिंता का विषय होंदा है जदों किसी भी पेरेंट्स ने आपदी बच्ची नूं किसी भी अदारे च दूर खास करके 200-300 किलोमीटर या 400 किलोमीटर डिस्टेंस के उत्ते आपां किसी बच्ची नूं भेज दें तो हरेक मापिया के एक दिमाग च आउंदी आ भी असीं बच्ची नूं कल्ली नूं उत्ते भेज रहे हैं इहदी सिक्योरिटी की होवेगी। देखो साडा होस्टल पूर्ण तौर पर असीं कह सकते हैं साडा सेफ है उत्ते पूरी सिक्योरिटी टाइट है उत्ते कोई भी उत्ते अंदर नहीं जा सकता असीं ना ही उन्हों बिना इजाजत तो लड़की नूं असीं बाहर जाने की असीं इजाजत दें उत्ते साडे उत्ते वार्डन प्रॉपर उन्होंने रखे ने साडे प्रिंसीपल भी पूरे सिक्योरिटी उहदे टाइट ने इस तों अलावा असीं सिक्योरिटी परपज़ तो लैके असीं जिहड़ा है पेरेंट्स मन्नियो ही जिहड़े सानूं नॉमीनेट किए जाएंगे परसन उन्हां दीआं फोटोआं जां असीं उन्हां नूं ही उन्हां बच्चियां नूं मिलने की इजाजत दें
अदरवाइज़ अंदर साडा जिहड़ा कैंपस है बहुत खुला है, घट्टो घट 15 एकड़ दे विच साडा कैंपस है। अंदर ही प्ले ग्राउंड वधिया ने खेडण लई बच्चियां लई, ईवन असी जिहड़ा हैगा लोहड़ी दा समान भी कई बार असी उत्थे प्रोवाइड करवा दिंदे आ, साडे कोल कंटीन है सारा कुछ है। तो मेरा ख्याल है भी बच्चियां नूं बाहर जाण दी लोड़ ही नहीं पैंदी है। तो साडी उत्थे सिक्योरिटी पक्ष तों मैं पूरा विश्वास दिवांदा इहनां नूं, सिक्योरिटी पक्ष तों इहनां नूं कोई इस तरां दी प्रॉब्लम नहीं आऊगी। जी वीर जी, जिस तरह के नाल असी जानते हैं कि श्रोमणी गुरुद्वारा प्रबंधक कमेटी के वलों एजुकेशन डिपार्टमेंट के लिए बहुत वड्डे वड्डे उपराले किए जा रहे हैं, तो इसी के दौरान ही जड़ा इस सिलसिले के दौरान ही कि बहुत वड्डे वड्डे कॉलेजेस वगैरह स्कूल्स वगैरह जो श्रोमणी गुरुद्वारा प्रबंधक कमेटी के वलों चलाए जा रहे हैं, होर उन्होंने कॉलेजेस के साडे स्टूडेंट्स के लिए होर की कुछ उपराले किए जा रहे हैं? देखो, इस तो अलावा साढ़े को मैं आप जी की जानकारी वाधा कर देव, एस जी पी सी दे कोल घट्टो घट साढ़े को 82 के करीब स्कूल कॉलेज, 2 साढ़े को यूनिवर्सिटियाँ, 2 साढ़े को इंजीनियरिंग कॉलेज रन कर रहे हैं। असी समय के नाल नाल जिहड़ा है जन्मे अपने को फंड रेज हुंदा है, क्योंकि श्रोमणी गुरुद्वारा प्रबंधक कमेटी एक सिखां दी नुमाइंदा जमात है, संविधान के अंदर बनी हुई है 1925 के एक्ट के अनुसार। ਇਹਦੀ ਕੋਈ ਆਪਣੀ ਵੈਸੇ ਹੈ ਜੇ ਦੇਖਿਆ ਜਾਵੇ ਇਨਕਮ ਸੋਰਸ ਨਹੀਂ, ਇਹ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੇ ਦਸਬੰਧ ਨਾਲ ਹੀ ਕੰਮ ਕਰ ਰਹੀ ਹੈ। ਇਹ ਹਰੇਕ ਸਿੱਖ ਦਾ ਹੀ ਫਰਜ਼ ਬਣਦਾ ਕਿ ਉੱਥੇ ਆਪਾਂ ਇਹਦੇ ਨਾਲ ਸਹਿਯੋਗ ਕਰੀਏ, ਅਤੇ ਨਾਲ ਇਹਨੂੰ ਆਪਣੀ ਹੀ ਇਹਨੂੰ ਆਪਣੀ ਇੱਕ ਸੰਸਥਾ ਸਮਝ ਕੇ ਇਹਦੇ ਨਾਲ ਕੰਮ ਕਰੀਏ। ਜਿੱਥੋਂ ਤੱਕ ਤੁਸੀਂ ਇਹਨਾਂ ਦੀ ਦੂਜੇ ਅਦਾਰਿਆਂ ਦੀ ਗੱਲ ਕਰਦੀ ਹੈ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੰਜੀਨੀਅਰਿੰਗ ਕੋਲੇਜ ਦੇ ਵਿੱਚ ਵੀ ਇਸ ਜੰਮੂ ਕਸ਼ਮੀਰ ਦੇ ਲਈ ਇੱਥੋਂ ਦੇ ਬੱਚਿਆਂ ਦੇ ਲਈ, ਭਾਵੇਂ ਉਹ ਲੜਕਾ ਭਾਵੇਂ ਲੜਕੀ ਹੈ, ਉਹਨਾਂ ਦੇ ਬੱਚਿਆਂ ਦੇ ਲਈ ਅਸੀਂ ਇੱਕ ਸਪੈਸ਼ਲ ਕਨਸੈਸ਼ਨ ਦੇ ਦਿੱਤਾ ਵੀ ਜੇ ਕੋਈ ਸਾਡੇ ਕੋਲ ਇੱਥੋਂ ਸਾਡੇ ਇੰਜੀਨੀਅਰਿੰਗ ਕੋਲੇਜ ਦੇ ਵਿੱਚ ਐਡਮਿਸ਼ਨ ਲੈਂਦੇ ਆ, ਤਾਂ ਉਹਨਾਂ ਨੂੰ ਅਸੀਂ ਘੱਟੋ ਘੱਟ ਜਿਵੇਂ ਸਾਡਾ ਟੋਟਲ ਪੈਕੇਜ ਭਾਵੇਂ 5,20,000 ਦਾ, ਪਰ ਅਸੀਂ ਇਹਨਾਂ ਲਈ ਇਹ ਪੈਕੇਜ ਜਿਹੜਾ 4,10,000 ਦਾ ਰੱਖਾਂਗੇ। ਅਤੇ ਸਾਡੇ ਕੋਲ ਸਟੀਮ ਵੀ ਬਹੁਤ ਵਧੀਆ ਇਹਦੇ 'ਚ ਹੈਗੀਆਂ ਨੇ, ਬੀ ਟੈਕ ਕੋਰਸਿਸ ਹੈਗੀਆਂ ਨੇ ਜਿਵੇਂ ਐੱਮ ਏ ਹੈ, ਸੀ ਐੱਸ ਸੀ ਹੈ, ਸਿਵਲ ਹੈ, ਇਲੈਕਟ੍ਰੀਕਲ ਹੈ, ਇਲੈਕਟ੍ਰੋਨਿਕਸ ਹੈ, ਐਗਰੀਕਲਚਰ ਵੀ ਹੈ ਸਾਡੇ ਕੋਲ, ਇਸ ਤੋਂ ਇਲਾਵਾ ਪੋਸਟ ਗ੍ਰੈਜੂਏਸ਼ਨ ਵੀ ਹੈਗੀ ਹੈ, ਐੱਮ ਟੈਕ ਹੈ, ਐੱਮ ਬੀ ਏ ਹੈ, ਬੀ ਬੀ ਏ ਹੈ, ਬੀ ਸੀ ਏ ਹੈ, ਅਤੇ ਵੀ ਵੋਕ ਦੇ ਕੋਰਸ ਹੈ। ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲ ਇੱਕ ਵੀ ਵੋਕ ਜਿਹਦੇ ਵਿੱਚ ਤੁਸੀਂ ਇਹ ਦੱਸ ਸਕਦੇ ਹੋ ਕੋਈ ਵੀ ਬੱਚਾ 1 ਸਾਲ 2 ਸਾਲ 6 ਮਹੀਨੇ ਲਾ ਕੇ ਜਦੋਂ ਵੀ ਬੱਚਾ ਕਿਤੇ ਉਹਨੇ ਬਾਹਰ ਜਾਣਾ ਤਾਂ ਉਹਨੂੰ ਉਸੇ ਵੇਲੇ ਉਸ ਕੋਰਸ ਦੇ ਦੌਰਾਨ ਜੇ ਉਹਨੇ 6 ਮਹੀਨੇ ਲਾਏ 6 ਮਹੀਨੇ ਦਾ ਸਰਟੀਫਿਕੇਟ ਦੇ ਦਿੰਦੇ ਹਾਂ ਅਸੀਂ, ਸਾਲ ਲਾਉਂਦਾ ਤਾਂ ਸਾਲ ਦਾ ਸਰਟੀਫਿਕੇਟ ਦਿੰਦੇ, ਤਾਂ ਜੋ ਉਹਦੀ ਪੜ੍ਹਾਈ ਖਰਾਬ ਨਾ ਹੋਵੇ। ਜੇ ਉਹ ਬਾਹਰ ਵੀ ਜਾਣਾ ਚਾਹੁੰਦਾ, ਕਿਤੇ ਹੋਰ ਕੰਮ ਕਰਨਾ ਚਾਹੁੰਦਾ, ਉਹਨੂੰ ਉਸ ਲੈਵਲ 'ਤੇ ਅਸੀਂ ਸਰਟੀਫਿਕੇਟ ਦੇ ਕੇ ਉਹ ਉੱਥੇ ਆਪਣਾ ਕੋਰਸ ਵਿੱਚੇ ਭਾਵੇਂ ਛੱਡ ਕੇ ਜਾਂ ਉਸ ਨੂੰ ਸਰਟੀਫਿਕੇਟ ਉੱਥੇ ਦੇ ਦਾਂਗੇ, ਤੂੰ ਆਪਣਾ ਅੱਗੇ ਕੰਮ ਕਰ ਸਕਦਾ। ਮੈਂ ਤੁਹਾਨੂੰ ਇੱਕ ਇਹਦੇ 'ਚ ਹੋਰ ਵੀ ਜਾਣਕਾਰੀ 'ਚ ਵਾਧਾ ਕਰ ਦੇਵਾਂ, ਸਾਡਾ ਇਹ ਜਿਹੜਾ ਇੰਜੀਨੀਅਰਿੰਗ ਕੋਲੇਜ ਨੇ, ਇਹਨਾਂ ਦੇ ਵਿੱਚ ਅਸੀਂ ਪਲੇਸਮੈਂਟ ਦਾ ਬਹੁਤ ਵਧੀਆ ਧਿਆਨ ਕਰਦੇ। ਸਭ ਤੋਂ ਬੱਚਿਆਂ ਨੂੰ ਬੱਚਿਆਂ ਆਪਦੇ ਫਿਊਚਰ ਦੀ ਬੜੀ ਚਿੰਤਾ ਹੁੰਦੀ ਹੈ, ਤਾਂ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਪਲੇਸਮੈਂਟ ਦਾ ਧਿਆਨ ਕਰ ਰਿਹਾ ਸੀ। ਪਲੇਸਮੈਂਟ ਦੇ ਵਿੱਚ ਅਸੀਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਦੀਆਂ ਜਿਹੜੀਆਂ ਹੈਗੀਆਂ ਵੱਡੀਆਂ ਵੱਡੀਆਂ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ, ਉਹਨਾਂ ਨਾਲ ਸਾਡਾ ਟਾਈ ਅਪ ਹੋ ਰਿਹਾ। ਸਾਡੇ ਕੋਲ ਉਹ ਆ ਕੇ ਸਾਡੇ ਅਸੀਂ ਐਪ ਦੇ ਥਰੂ ਵੀ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਾਉਂਸਲਿੰਗ ਕਰਦੇ ਹਾਂ, ਉਹਨਾਂ ਬੱਚਿਆਂ ਦੀ ਉੱਥੇ ਇੰਟਰਵਿਊਸ ਕਰਾਉਂਦੇ ਹਾਂ, ਪਲੇਸਮੈਂਟ ਕਰਾਉਂਦੇ ਹਾਂ। ਇਹ ਤੋਂ ਇਲਾਵਾ ਅਸੀਂ ਹੋਰ ਵੀ ਜਿਹੜਾ ਹੈਗਾ ਆਈਲੈਟਸ ਅਤੇ ਕਮਿਊਨੀਕੇਸ਼ਨ ਸਕਿੱਲ ਦੇ ਲਈ ਸਪੈਸ਼ਲ ਜਿਹੜਾ ਬੱਚਿਆਂ ਨੂੰ ਉੱਥੇ ਤਿਆਰ ਕਰ ਰਹੇ ਹਾਂ, ਤਾਂ ਜੋ ਇੰਟਰਵਿਊ ਲਈ ਉਹ ਬੱਚੇ ਆਪਣੇ ਤਿਆਰ ਰਹੇ। ਅਸੀਂ ਇਹ ਡੇ 1 ਤੋਂ ਹੀ ਉਹਨਾਂ ਲਈ ਅਸੀਂ ਤਿਆਰੀ ਆਰੰਭ ਕਰ ਦਿੱਤੀ ਹੈ ਉੱਥੋਂ। ਅਤੇ ਇਹ ਤੋਂ ਮੈਂ ਤੁਹਾਨੂੰ ਹੋਰ ਵੀ ਇੱਕ ਜੇ ਇਹਦੇ ਨਾਲ ਮੈਂ ਇੱਕ ਵਾਧਾ ਕਰ ਦੇਵਾਂ, ਅਸੀਂ ਇੱਕ ਐੱਨ ਡੀ ਏ ਅਕੈਡਮੀ ਵੀ ਚਲਾ ਰਹੇ ਹਾਂ। ਐੱਨ ਡੀ ਏ ਅਕੈਡਮੀ ਹੈ ਡਿਫੈਂਸ ਅਕੈਡਮੀ ਦੇ ਵਿੱਚ, ਸਿੱਧੀ ਇੱਥੋਂ ਅਸੀਂ ਉਹਨਾਂ ਦੀ ਬੱਚਿਆਂ ਦੀ +1 +2 ਦੇ ਵਿੱਚ ਅਸੀਂ ਨੌਨ ਮੈਡੀਕਲ ਦੇ ਵਿੱਚ ਅਸੀਂ ਐਡਮਿਸ਼ਨ ਕਰਦੇ ਹਾਂ ਉਹਨਾਂ ਦੀ। ਉੱਥੋਂ ਬੱਚਿਆਂ ਨੂੰ ਅਸੀਂ ਉਹਨਾਂ ਐੱਸ ਐੱਸ ਬੀ ਦੀ ਤਿਆਰੀ ਕਰਕੇ ਡਿਫੈਂਸ ਦੇ ਵਿੱਚ ਜਾਣ ਦੀ ਅਸੀਂ ਪ੍ਰੋਪਰਲੀ ਉਹਨਾਂ ਲਈ ਤਿਆਰੀ ਕਰਵਾ। ਸਾਡੇ ਕੋਲ ਉਹਦੇ ਲਈ ਫੈਕਲਟੀ ਸੈਪਰੇਟ ਹੈ, ਵਧੀਆ ਰੱਖੀ ਹੋਈ ਹੈ, ਜਿਹਦੇ ਵਿੱਚ ਬ੍ਰਿਗੇਡੀਅਰ ਵੀ ਨੇ ਅਤੇ ਸਾਇੰਸ ਨਾਲ ਰਿਲੇਟਡ ਜਿਹੜੇ ਅਕੈਡਮਿਕ ਤੌਰ 'ਤੇ ਵਧੀਆ ਸਾਡਾ ਸਟਾਫ ਰੱਖਿਆ ਹੋਇਆ। ਸੋ ਇਹਨਾਂ ਦਾ ਹੁਣ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਗੁਰਦੀਪ ਸਿੰਘ ਜੀ, ਜਿਹੜੇ ਕਿ ਵਿਜੇਪੁਰ ਸਾਂਬਾ ਏਰੀਆ ਤੋਂ ਨੇ, ਔਰ ਉੱਥੇ ਆਪਣੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਸਾਡੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ, ਔਰ ਸਾਡੇ ਪੰਥ ਦੇ ਪ੍ਰਤੀ ਆਪਣੀ ਦਰਦ ਭਰੀ ਸੋਚ ਵੀ ਰੱਖਦੇ ਨੇ। ਜੋ ਕੁਝ ਹੁਣ ਸਾਡੇ ਬੱਚਿਆਂ ਦੇ ਨਾਲ, ਸਾਡੀਆਂ ਬੱਚੀਆਂ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ, ਉਹਦੇ ਲਈ ਇਹ ਆਪਣੀ ਚਿੰਤਾ ਵਿਅਕਤ ਵੀ ਕਰ ਰਹੇ ਸਨ। ਹੁਣ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ
ਕਿੱਦਾਂ ਸੋਚ ਰਹੇ ਹੋ ਤੁਸੀਂ ਇਸ ਉਪਰਾਲੇ ਦੇ ਬਾਰੇ ਵਿੱਚ, ਕਿੰਨਾ ਜ਼ਰੂਰੀ ਸੀ ਸਾਡੀ ਬੱਚੀਆਂ ਦੇ ਲਈ ਇਹ ਐਜੂਕੇਸ਼ਨ ਫੀਲਡ ਦੇ ਵਿੱਚ ਉਹਨਾਂ ਨੂੰ ਅਗਾਂਹ ਲੈ ਕੇ ਜਾਣਾ ਔਰ ਇਹਨਾਂ ਦੇ ਲਈ ਇਹ ਉਪਰਾਲਾ ਕਰਨਾ? ਸਾਡੇ ਅੰਦਰ ਬੜੀ ਇਹ ਦਰਦ, ਤਕਰੀਬਨ ਸਾਰੇ ਪੰਥ ਦੇ ਅੰਦਰ ਇਹ ਦਰਦ ਸੀ ਕਿ ਅਸੀਂ ਆਪਣੀ ਬੱਚੀਆਂ ਨੂੰ, ਖਾਸ ਕਰਕੇ ਉਹ ਜਿਹੜਾ ਮਾਹੌਲ ਹੈ ਜਿਹੜਾ ਰਿਮੋਟ ਏਰੀਏ ਦਾ ਜਾਂ ਉੱਥੇ ਜਿੱਥੇ ਸਾਡੀ ਸਿੱਖੀ ਬੜੀ ਮਾਈਕਰੋ ਪਾਪੂਲੇਸ਼ਨ 'ਚ ਹੈ, ਉਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਏ। ਵੀਰ ਜੀ, ਵੀਰ ਹਰਪਿੰਦਰ ਸਿੰਘ ਜੀ ਜਿਹੜੇ ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ, ਇਹਦੇ ਨਾਲ ਕਈ ਵਾਰ ਵਿਚਾਰ ਹੁੰਦੀ ਸੀ ਕਿ ਕੋਈ ਇਸ ਤਰ੍ਹਾਂ ਦੀ ਸੰਸਥਾ ਜਿਹੜੀ ਹੋਵੇ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਾਏ ਜਾਣ, ਕੋਈ ਪਲੈਨਿੰਗ ਕੀਤੀ ਜਾਏ ਤਾਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਸੰਭਾਲ ਸਕੀਏ, ਜਿਹੜੀਆਂ ਸਾਡੀਆਂ ਬੱਚੀਆਂ ਜਿਨ੍ਹਾਂ ਨੂੰ ਕੋਈ ਗੌਰ ਕਰਨ ਵਾਲੇ। ਇੱਕ ਤਾਂ ਇਹ ਹੈ ਕਿ ਜਿਹੜੇ ਬੱਚੀਆਂ ਇਕਨੋਮਿਕ ਤੌਰ 'ਤੇ ਜਿਹੜੀਆਂ ਕਮਜ਼ੋਰ ਨੇ, ਉਹਨਾਂ ਦੀ ਤਾਂ ਸੰਭਾਲ ਕਰਨੀ ਬੜੀ ਜ਼ਰੂਰੀ ਹੈ, ਪਰ ਉਸ ਤੋਂ ਇਲਾਵਾ ਵੀ ਜਿਨ੍ਹਾਂ ਬੱਚਿਆਂ ਨੂੰ ਸਾਡਾ ਮਾਹੌਲ ਨਹੀਂ ਠੀਕ ਮਿਲ ਰਿਹਾ, ਉੱਥੇ ਬਹੁਤ ਘੱਟ ਗਿਣਤੀ 'ਚ ਨਾ ਔਰ ਮਾਹੌਲ ਨਹੀਂ ਠੀਕ ਮਿਲਦਾ, ਉਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਸੰਭਾਲੀਏ। ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬੜੀ ਮਿਹਰ ਹੋਈ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਦਮਦਮਾ ਸਾਹਿਬ ਸਾਡਾ ਜਿਹੜਾ ਤਖ਼ਤ ਹੈ ਔਰ ਜਥੇਦਾਰ ਸਾਹਿਬ ਜੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਨੇ ਜਿਹੜਾ ਉਪਰਾਲਾ ਕੀਤਾ, ਇਹ ਸਾਡੇ ਮਨ ਦੀ ਗੱਲ ਹੋਈ ਹੈ। ਔਰ ਅਸੀਂ ਤਕਰੀਬਨ ਇਸ ਇਲਾਕੇ ਵਿੱਚ ਜਦੋਂ ਇਹ ਅਨਾਊਂਸ ਹੋਇਆ ਅਤੇ ਵੀਰ ਜੀ ਨੇ ਸਾਨੂੰ ਦੱਸਿਆ, ਬਹੁਤ ਖੁਸ਼ੀ ਹੋਈ ਔਰ ਇਹਨਾਂ ਨਾਲ ਅਸੀਂ ਸਾਰੇ ਮਿਲ ਕਰਕੇ ਫਿਰ ਇੱਕ ਹੋਰ ਇਹਨਾਂ ਨੂੰ ਮੈਂ ਇਹ ਗੱਲ ਦੱਸੀ ਕਿ ਸਾਨੂੰ ਉਹਨਾਂ ਜਗ੍ਹਾ 'ਤੇ ਖਾਸ ਤੌਰ 'ਤੇ ਅਪਰੋਚ ਕਰਨੀ ਚਾਹੀਦੀ ਹੈ ਜਿਹੜੀਆਂ ਬੱਚੀਆਂ ਕਈ ਵਾਰ ਹੈ ਕਿ ਦਸਵੀਂ ਤੋਂ ਬਾਅਦ ਅੱਗੇ ਜਾਂਦੀਆਂ ਹੀ ਨਹੀਂ, ਜਿਸ ਤਰ੍ਹਾਂ ਤਰਾਲ ਦਾ ਇਲਾਕਾ ਦੱਸਿਆ ਕਿ ਉਸ ਤਰ੍ਹਾਂ, ਅਤੇ ਫਿਰ ਵੀਰ ਜੀ ਨੇ ਦੱਸਿਆ ਕਿ ਨਹੀਂ, ਤਰਾਲ ਤੋਂ ਵੀ ਹੈ ਜਿਹੜਾ ਉੱਥੋਂ ਬੱਚੀਆਂ ਨੇ ਜਿਹੜੀਆਂ ਤਿਆਰ ਹੋ ਰਹੀਆਂ, ਬੜੀ ਖੁਸ਼ੀ ਦੀ ਗੱਲ ਹੈ। ਔਰ ਇਹ ਸਾਡੇ ਸਾਰੇ ਜਿਹੜਾ ਸਿੱਖ ਪੰਥ ਹੈ ਉਹਨਾਂ ਸਾਰਿਆਂ ਨੂੰ ਇਹ ਬੜੀ ਮੁਬਾਰਕਬਾਦ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਹ ਉਪਰਾਲਾ ਕੀਤਾ। ਔਰ ਮੈਂ ਇਹਨਾਂ ਨਾਲ ਪਹਿਲਾਂ ਵੀ ਗੱਲ ਕਰ ਰਿਹਾ ਸੀ, ਦੇਖੋ ਅਸੀਂ ਅਗਰ ਇੱਕ ਬੱਚੇ ਨੂੰ ਗੁਰਸਿੱਖ ਬਣਾਉਂਦੇ ਹਾਂ ਤਾਂ ਇੱਕ ਬੱਚਾ ਬਣੇਗਾ, ਲੇਕਿਨ ਜਦੋਂ ਅਸੀਂ ਇੱਕ ਬੱਚੇ ਨੂੰ ਗੁਰਸਿੱਖ ਬਣਾਉਂਦੇ ਹਾਂ ਚੰਗੀ ਤਰ੍ਹਾਂ ਨਾਲ, ਉਹਦੇ ਅੰਦਰ ਜਿਹੜੀ ਗੁਰਮਤ ਹੈ, ਜਿਹੜੀ ਦ੍ਰਿੜਤਾ ਕਰਨੇ ਆ ਪੜ੍ਹਾਈ ਦੇ ਨਾਲ ਨਾਲ, ਉਹ ਸਮਝੋ ਪੂਰੀ ਫੈਮਿਲੀ ਹੈ ਜਿਹੜੀ ਗੁਰਸਿੱਖ ਹੋ ਜਾਏਗੀ। ਔਰ ਜਦੋਂ ਫੈਮਿਲੀਆਂ ਸਾਡੀਆਂ ਗੁਰਸਿੱਖ ਹੋ ਜਾਣਗੀਆਂ ਅਤੇ ਅਗਲਾ ਸਮਝੋ ਸਾਰਾ ਜਿਹੜਾ ਸਮਾਜ ਹੈ ਉਹ ਗੁਰਸਿੱਖੀ 'ਚ ਪੱਕਾ ਹੋਏਗਾ। ਔਰ ਉਹ ਅੱਗੇ ਉਹ ਜੇ ਇੱਕ ਬੱਚੀ ਹੈ ਤਾਂ ਉਹ ਆਪਣਾ ਜਿਹੜਾ ਆਲਾ ਦੁਆਲਾ, ਉਹਨਾਂ ਦਾ ਜਿਹੜਾ ਇਨਵਾਇਰਮੈਂਟ, ਜਿਹੜੇ ਉਹਨਾਂ ਦੀ ਜਿਨ੍ਹਾਂ ਦੀ ਉਹਨਾਂ ਦੀ ਫਰੈਂਡਸ਼ਿਪ ਸਰਕਲ ਹੈ, ਉਹਨਾਂ ਬੱਚਿਆਂ ਨੂੰ ਵੀ ਉਹ ਗੁਰਸਿੱਖੀ ਦੀ ਦਾਤ ਦੇਣਗੀਆਂ। ਸੋ ਇਹ ਬੜਾ ਵਧੀਆ ਉਪਰਾਲਾ ਜੀ, ਔਰ ਅਸੀਂ ਬਹੁਤ ਬਹੁਤ ਇਹਨਾਂ ਥੈਂਕਫੁੱਲ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਥੇਦਾਰ ਸਾਹਿਬ ਜੀ ਦੇ, ਅਤੇ ਨਾਲ ਹੀ ਜਿਹੜੀ ਇੱਥੇ ਦੀ ਟੀਮ ਹੈ, ਇਹ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਕਾਉਂਸਲਿੰਗ ਹੋਏਗੀ ਅੰਦਰ, ਬਾਬਾ ਬੂਟਾ ਸਿੰਘ ਜੀ ਗੁਰਥੜੀ ਵਾਲੇ ਧਰਮ ਪ੍ਰਚਾਰ ਕਮੇਟੀ ਸਕੱਤਰ ਆਏ ਹੋਏ ਨੇ, ਉਹ ਤੁਹਾਡਾ ਇੰਟਰਵਿਊ ਲੈਣਗੇ। ਇੰਟਰਵਿਊ ਦੇ ਵਿੱਚ ਬੇਟਾ ਤੁਹਾਡੇ ਕੋਲ ਬੇਸਿਕ ਚੀਜ਼ਾਂ ਦੀ ਜਿਹੜੀ ਜਾਣਕਾਰੀ ਉਹ ਹਾਸਿਲ ਕਰਨਗੇ, ਠੀਕ ਹੈ, ਲਾਈਕ ਤੁਸੀਂ ਅੰਮ੍ਰਿਤਧਾਰੀ ਹੋ, ਨਿਤਨੇਮੀ ਹੋ, ਉਹਦੇ ਬੇਸਿਸ ਦੇ ਉੱਤੇ ਤੁਹਾਡੀ ਸਿਲੈਕਸ਼ਨ ਹੋਏਗੀ। ਸਿਲੈਕਸ਼ਨ ਤੋਂ ਬਾਅਦ ਦਾ ਪ੍ਰੋਸੀਜਰ ਹੈ ਕਿ ਤੁਸੀਂ ਇੱਥੇ ਐਡਮਿਸ਼ਨ ਫੋਰਮ ਫਿਲ ਕਰਨਾ ਹੈ। ਐਡਮਿਸ਼ਨ ਫੋਰਮ ਫਿਲ ਕਰਨ ਤੋਂ ਬਾਅਦ, ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਐਡਮਿਸ਼ਨ ਕਨਫਰਮ ਹੋ ਜਾਏਗੀ। ਕਨਫਰਮ ਹੋਣ ਤੋਂ ਬਾਅਦ ਬੇਟਾ ਅਸੀਂ ਤੁਹਾਨੂੰ ਨੋਟਿਸ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਆਏ ਹੋ ਔਰ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੂੰ ਗਾਈਡ ਕਰ ਰਹੇ ਹੋ, ਕਿਉਂਕਿ ਬਹੁਤ ਅਸੀਂ ਦੇਖਿਆ, ਅਸੀਂ ਵੀ ਧੀਆਂ, ਅਸੀਂ ਵੀ ਬੇਟੀਆਂ ਔਰ ਸਾਨੂੰ ਪਤਾ ਹੈ ਆਪਣੀਆਂ ਬੇਟੀਆਂ ਨੂੰ ਆਊਟ ਆਫ ਸਟੇਟ ਭੇਜਣਾ ਇੱਕ ਪੇਰੈਂਟਸ ਦੇ ਲਈ ਬਹੁਤ ਜ਼ਿਆਦਾ ਵਰੀਡ ਹੁੰਦਾ। ਪੇਰੈਂਟਸ, ਮਾਪੇ ਬਹੁਤ ਕੁਛ ਸੋਚਦੇ ਨੇ, ਕਿੱਦਾਂ ਦਾ ਮਾਹੌਲ ਰਹੇਗਾ, ਕਿੱਦਾਂ ਸਾਡੇ ਬੱਚੇ ਉੱਥੇ ਸਰਵਾਈਵ ਕਰਨਗੇ, ਕੈਸਾ ਕਾਲਜ ਹੈ, ਬਾਹਰ ਜਾ ਕੇ ਨਾ ਬਹੁਤ ਚੀਜ਼ਾਂ ਦੇ ਲਈ ਸਾਨੂੰ ਸੋਚਣਾ ਪੈਂਦਾ। ਲੇਕਿਨ ਅਸੀਂ ਜਿੰਨਾ ਦੇਖਿਆ, ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਬੱਚਿਆਂ ਨੂੰ ਗਾਈਡ ਕਰ ਰਹੇ ਹੋ, ਤਾਂ ਵਾਹਿਗੁਰੂ ਜੀ ਤੁਹਾਡੀ ਬਹੁਤ ਜ਼ਿਆਦਾ ਮਿਹਰ ਹੈ ਤੁਹਾਡੇ ਉ੤ੇ, ਅਗਾਂਹ ਵੀ ਇੱਦਾਂ ਹੀ ਮਿਹਰ ਤੁਹਾਡੇ 'ਤੇ ਰੱਖਣ ਪਰਮਾਤਮਾ ਵਾਹਿਗੁਰੂ ਜੀ। ਔਰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਸਮਝਾਉਣਾ ਕਰ ਰਹੇ ਹੋ ਔਰ ਅਸੀਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਬੱਚਿਆਂ ਨੂੰ ਇਨਸ਼ੋਰ ਕਰ ਸਕਦੇ ਹੋ, ਉਹਨਾਂ ਦੇ ਮਾਪਿਆਂ ਨੂੰ ਇਨਸ਼ੋਰ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਹੈ ਇਨਸ਼ੋਰਿਟੀ ਦੇਣਾ ਇੱਥੇ, ਕਿ ਤੁਹਾਡੇ ਬੱਚੇ ਜਿਸ ਮਾਹੌਲ ਦੇ ਵਿੱਚ, ਜਿਸ ਇਨਵਾਇਰਨਾਮੈਂਟ ਦੇ ਵਿੱਚ ਜਾ ਰਹੇ ਨੇ, ਉਹ ਇਨਵਾਇਰਨਾਮੈਂਟ ਤੁਹਾਡੇ ਬੱਚਿਆਂ ਦੇ ਲਈ ਬਿਲਕੁਲ ਸੇਫ ਅਤੇ ਸਿਕਿਓਰ ਹੈ।
सब तो पहला भैन जी एक बाणी चैनल का बहुत बहुत शुक्रिया जो सानू कवर करने लिए इत्थे पहुंचे ने। साडी टीम माता साहिब कौर गर्ल्स कॉलेज तलवंडी साबो तो आई, जिस तरह सारे बच्चे जानते हैं। तो मैं श्योरिटी के लिए यह बेटा तुसी जिदा तुसी क्वेश्चन किया कि बच्चों की सिक्योरिटी लिए असी की कर रहे हैं, तो सब नो पहला गुरु साहब के जेड़े है वर दिते हुए उस धरती इनवायरमेंट इन्ना क हैगा कि स्टडी ली क्योंकि उन्होंने गुरु की काशी का वर मिलया होया है। तो स्टडी पक्षों अगर आप गल करिए जिहड़ा इनवायरमेंट आ वह जिहड़ा ऑरा है तख्त श्री दमदमा साहब का वह विद्या वास्ते ही बनया होया है, जो गुरु साहब गुरु गोबिंद सिंह जी के वरां के अकॉर्डिंग। तो उस तो बाद बेटा जिस तरह बच्चों इनवायरमेंट की गल है तो साढ़े जिहड़े डेडिकेटेड स्टाफ मैंबरस है, होस्टल के वार्डन है, होस्टल के जिहड़े कर्मचारी ने वह बच्चों अपने बच्चों के वांग ट्रीट करेंगे। सानू खुद को पता है कि अदर स्टेट तो आए हैं 400 किलोमीटर दूर तो बच्चे आएंगे, तो उत्थे उन्हां दा रहना उन्हां दे पेरेंट्स असी खुद बनदा असी वाहिगुरु तो ही अरदास करते हैं, वाहिगुरु नूं अरदास करते हैं कि सानू इन्नी कु सुमत ते इन्नी कु हिम्मत बख्शन कि असी इन्हां बच्चों के जिहड़े अरमान है उन्हां ते खरे उतरीए। तो साडे वल्लों साडे स्टाफ वल्लों 100% एफर्ट्स रहणगे कि इन्हां बच्चों का उत्थे दिल भी लगे, तो जिस दिन ये बच्चे उत्थों डिग्री करके वापस आउण ते परमात्मा की मेहर सदका ते स्टाफ दे जिहड़े डेडिकेशन जां हार्डवर्क दे सदका ये बच्चे चंगीआं पोजिशन्स दे उत्ते इत्थे जम्मू दे विच काम करन। इसलिए असी धन्नवाद करते हैं जम्मू के जिहड़े धर्म जिहड़े सिख मिशन जिहड़ा फैडरेशन हैगा इहदे जिहड़े जिन्हें भी प्रवक्ता है जो जिहड़े प्रचारक ने इहनां साडे बहुत ज़्यादा सहयोग दिता, तो असी 50 दे नेड़े पिंड इत्थे कवर किए, तो बड़े रिमोट एरिया तो जिहड़े बच्चे इत्थे आए ने, तो जिन्हां बच्चों नूं स्कूल एजुकेशन तो बाद कॉलेज एजुकेशन के लिए नहीं भेजा जाता तो उन्हां बच्चों ने जो साडे कॉलेज एडमिशन लैना तो साढ़े जिहड़ी आप कह सकते हैं कि साड़ी जिहड़ियां जिम्मेवारियां कितने ज़्यादा बढ़ जांदियां ने, तो उस जिम्मेवारियां फुलफिल करन दे लई असी हमेशा परमात्मा कोले अरदास करांगे, ते तुहाडा भी पूरा सहयोग चाहुंदे आ। धर्म जिहड़े सिख मिशन दे मैंबर साहिबान आ उहनां दा भी असी पूरा सहयोग चाहुंदे आ। ते सब तो पहला असा जिहड़ा मेन चीज़ हैगी आ इह सिंह साहिब गुरयानी हरप्रीत सिंह जी दी एफर्ट्स ने जिन्हां सदका अपने कोले जिहड़ा है तलवंडी साबो इह जिहड़ा उपराला किया गया है सिर्फ गर्ल्स एजुकेशन के लिए, तो यह मैं लगता है SGPC बीबी जगीर कौर जी प्रधान साहब उन्हों का बहुत वड्डा उपराला है जिन्हां सदका अज साडे रिमोट एरिया के बच्चे भी पढ़न के लिए अगे जाएंगे जी। बहुत वधिया, बहुत खूब, बहुत वधिया तुसीं जानकारी दित्ती। एक सवाल मेरा होर रहेगा कि जिस तरह के नाल अज इत्थे काउंसलिंग हुई है और अद्धे बच्चों की होन जा रही है, किस आधार के उत्ते किस बेसिस उत्ते ही काउंसलिंग रही है? बेटा इहदा जिहड़ा मेन जिहड़ा हैगा बच्चा अमृतधारी होना चाहिए है, नितनेमी होना चाहिए है। जिहड़ा बच्चा अमृतधारी है नितनेमी है वह बच्चों की इत्थे सिलैक्शन होएगी, तो उन्हों का जिहड़ा हैगा कि धार्मिक सिक्ख्या अपनी जिहड़ा मेन मोटो है इसका धर्म प्रचार कमेटी वालों है, तो धार्मिक सिक्ख्या क्योंकि दुनियावी सिक्ख्या बच्चे हर जगह पर लेंदे है बट जिहड़ा धार्मिक इनवायरमेंट है वह बच्चों हर जगह पर नहीं मिलता, असी उस इनवायरमेंट को प्रोवाइड करने के लिए एफर्ट्स ये कर रहे हैं जी। अगर किसी बच्चे ने अमृतपान नहीं किया होया किसी बच्ची ने हजे, तो क्या वो काउंसलिंग के बाद अगर या काउंसलिंग के विच बच्ची आखे कि मैं अमृत छक लवानगी मैं अमृतपान कर लवानगी, क्या ऐसा पॉसीबल है कि बच्चे अमृत छका? हाँ जी हाँ जी, आप इन्हों 15 डेज़ का टाइम देंगे, जे बच्चों का मन हैगा कि असी सिक्ख्या लैनी है तो अमृत असी छक लाँगे, बच्चे का मन है तो बच्चा इतने अपना कमिटमेंट करके जाएगा तो वह अमृत छक लैंदा दैन भी वो सिलैक्शन पर जी। बहुत बहुत धन्यवाद तुहाडा भैन जी, तुसीं बहुत खूब जानकारी सानू दित्ती है। तो ये सन साडे नाल फैकल्टी ने उत्थों के माता साहिब कौर जिहड़ा कॉलेज है उत्थों के फैकल्टी नाल आए हुए ने, बच्चियां नू नाल दी नाल गाइड कर रहे ने और बहुत वधिया तरीके दे नाल इह बच्चियां नू समझा रहे ने, और इन्होंने कहा कि जिस तरह के नाल इनवायरमेंट की कोई टेंशन नहीं है, किसी चीज़ के लिए कोई भी इन्होंने फिक्रमंद होने की जरूरत नहीं है। और एक सवाल मेरा होर रह गया इतने मैं पूछना चाहवागी, जिदा जम्मू कश्मीर के जी पंजाबी भाषा वनू जिदा आप पंजाब के कंपलसरी है, तुम कोई भी सब्जेक्ट चूज करते हो पंजाबी नाल होना लाजमी, लेकिन इतने ऐसा नहीं है, पर क्या पता किसी बच्चों ने पंजाबी नहीं रखी होएगी लेकिन हूँ वो उत्थे जाके पढ़ना चाहते हो, क्या रहेगा इस प्रोसीजर कि बच्चों के लिए पंजाबी होना तो लाजमी है? उत्थे पंजाबी कंपलसरी है, अगर बच्चा 11th क्लास के चाहता है तो वह अगर पंजाबी करना चाहता तो पंजाबी भी कर सकता है, अगर नहीं तो वो इंग्लिश मीडियम के पंजाब हिस्ट्री एंड कल्चर नाम का सब्जेक्ट है वो इंग्लिश मीडियम चो कर सकता है। तो जे ग्रेजुएशन वाले बच्चे आ उन्होंने लिए पंजाबी कंपलसरी विशा होएगा, बट जे अदर स्टेट के बच्चे उन्होंने मुढ़ला ज्ञान सब्जेक्ट है जिद उड़े आड़े तो शुरू किया जाएगा, मतलब पंजाबी बेस तो शुरू की जाएगी, इस दे वो पंजाबी यूनिवर्सिटी पटियाला का खुद एक सब्जेक्ट है तो वह बच्चे करेंगे जो भी स्टडी करने जाएंगे, मतलब कोई दिक्कत नहीं आनी किसी तरह की, मीडियम बच्चा कोई भी रख सकता है।
ਪੰਜਾਬੀ ਜਿਹੜਾ ਲਾਜ਼ਮੀ ਵਿਸ਼ਾ ਹੈ ਉਹ ਮੁੱਢਲਾ ਗਿਆਨ ਤੋਂ ਸ਼ੁਰੂ ਕੀਤਾ ਜਾਏਗਾ। ਜੀ ਜੀ, ਬਹੁਤ ਬਹੁਤ ਧੰਨਵਾਦ। ਇੱਥੋਂ ਦੇ ਮਾਤਾ ਸਾਹਿਬ ਕੌਰ ਗਰਲਸ ਕਾਲਜ ਹੈ ਜਿਹੜਾ, ਕਾਲਜ ਐਂਡ ਕਾਲਜ ਹੀ ਹੈ, 11th 12th ਵੀ ਉੱਥੇ ਕਲਾਸਿਸ ਹੈਗੀਆਂ ਨੇ। ਔਰ ਉੱਥੋਂ ਦੇ ਜਿਹੜੇ ਅਧਿਆਪਕ ਆਏ ਨੇ, ਜਿਹੜੇ ਉੱਥੋਂ ਦੀ ਫੈਕਲਟੀ ਆਈ, ਉਹਨਾਂ ਦੇ ਰਾਹੀਂ ਇੱਕ ਇੱਕ ਡਾਊਟ ਬੱਚਿਆਂ ਦਾ ਕਲੀਅਰ ਕੀਤਾ ਜਾ ਰਿਹਾ। ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਇਨਸ਼ੋਰ ਕੀਤਾ ਜਾ ਰਿਹਾ ਕਿ ਉਹਨਾਂ ਦੇ ਬੱਚੇ ਬਹੁਤ ਜ਼ਿਆਦਾ ਸੇਫ ਅਤੇ ਸਿਕਿਓਰ ਜਿਹੜਾ ਉੱਥੇ ਰਹਿਣਗੇ। ਉਹ ਆਪਣੀਆਂ ਬੱਚੀਆਂ ਨੂੰ ਆਪਣੀ, ਸਾਡੀਆਂ ਬੱਚੀਆਂ ਸਿਰਫ ਇੱਕ ਘਰ ਦੀਆਂ ਬੱਚੀਆਂ ਨਹੀਂ ਹੁੰਦੀਆਂ, ਸਾਡੀਆਂ ਬੱਚੀਆਂ ਸਾਡੀ ਕੌਮ ਦੀਆਂ ਬੱਚੀਆਂ ਹੁੰਦੀਆਂ ਨੇ। ਇਹਨਾਂ ਬੱਚੀਆਂ ਦੇ ਨਾਲ ਸਾਡੀ ਕੌਮ ਦੀਆਂ ਇੱਜ਼ਤਾਂ ਜੁੜੀਆਂ ਹੋਈਆਂ ਹੁੰਦੀਆਂ ਨੇ, ਔਰ ਇਹਨਾਂ ਬੱਚਿਆਂ ਨੇ ਹੀ ਜਾ ਕੇ ਸਾਡੀ ਕੌਮ ਦਾ ਨਾਮ ਰੌਸ਼ਨ ਕਰਨਾ ਹੁੰਦਾ, ਕਿਉਂਕਿ ਅਗਾਂਹ ਪਰਿਵਾਰ ਵੀ ਇਹਨਾਂ ਬੱਚੀਆਂ ਨੇ ਤੋਰਨੇ ਹੁੰਦੇ ਨੇ, ਅਤੇ ਇਹਨਾਂ ਬੱਚਿਆਂ ਨੇ ਹੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਆਉਣਾ ਹੁੰਦਾ। ਇਸ ਕਰਕੇ ਇਹਨਾਂ ਬੱਚੀਆਂ ਦਾ ਅੰਮ੍ਰਿਤਧਾਰੀ ਹੋਣਾ, ਗੁਰਸਿੱਖੀ ਦੇ ਨਾਲ ਜੁੜਨਾ ਔਰ ਸਾਡੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਹ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਸਾਡੀਆਂ ਨੂੰ ਸਾਡੇ ਸਿੱਖ ਧਰਮ ਦੇ ਪ੍ਰਤੀ ਜਾਗਰੂਕ ਕਰ ਸਕਣ, ਔਰ ਸਾਡਾ ਸਿੱਖ ਧਰਮ ਜਿਸ ਤਰ੍ਹਾਂ ਦੇ ਨਾਲ ਹੁਣ ਪੂਰੇ ਸੰਸਾਰ ਦੇ ਵਿੱਚ ਸਾਡੇ ਸਿੱਖ ਧਰਮ ਤੋਂ ਹਰ ਇੱਕ ਇਨਸਾਨ ਜਾਣੂ ਹੈ, ਇਹ ਬੱਚੀਆਂ ਸਭ ਤੋਂ ਵੱਡਾ ਯੋਗਦਾਨ ਦੇਣਗੀਆਂ। ਇਸ ਕਰਕੇ ਇਹਨਾਂ ਦਾ ਐਜੂਕੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਹੁਣ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਜਿਹੜੇ ਕਿ ਆਪਣੀ ਬੱਚੀਆਂ ਨੂੰ ਇੱਥੇ ਦਾਖਲੇ ਦੇ ਲਈ ਲੈ ਕੇ ਆਏ ਨੇ, ਕਾਉਂਸਲਿੰਗ ਦੇ ਲਈ ਲੈ ਕੇ ਆਏ ਨੇ। ਤਾਂ ਵੀਰ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅਮਰਜੋਤ ਸਿੰਘ ਨਾਮ ਮੇਰਾ ਜੀ। ਵੀਰ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਬਖਸ਼ਨਗਰ ਤੋਂ ਆਏ ਹਾਂ ਜੀ। ਜੀ, ਆਪਣੀ ਬੇਟੀ ਦੀ ਕਿਸ ਦੇ ਲਈ ਐਡਮਿਸ਼ਨ? ਬੇਟੀ ਵਾਸਤੇ ਲੈ ਕੇ ਆਇਆ ਜੀ। ਜੀ, ਕਿਸ ਕਲਾਸ ਦੇ ਲਈ? ਇਲੇ 11th ਨੂੰ ਜੁਆਇਨ ਕੀਤੀ ਹੋਣਾ ਜੀ, ਮੈਡੀਕਲ ਸਬਜੈਕਟ ਹੈ ਉਹਦਾ ਜੀ। ਤੁਸੀਂ ਬਿਲਕੁਲ, ਤੁਹਾਨੂੰ ਤੁਸੀਂ ਹੋ ਇਸ ਦੇ ਲਈ, ਮਤਲਬ ਪੂਰਾ ਆਪਣੇ ਆਪ ਨੂੰ ਰੈਡੀ ਕੀਤਾ ਹੋਇਆ, ਪ੍ਰਿਪੇਅਰ ਹੋ ਕਿ ਬੱਚੇ ਹੋਸਟਲ ਦੇ ਵਿੱਚ ਜਾਣਗੇ, ਪੂਰੇ ਸੇਫ ਐਂਡ ਸਿਕਿਓਰ ਨੇ, ਇੱਥੋਂ ਦੀ ਫੈਕਲਟੀ, ਇੱਥੋਂ ਦੇ ਅਧਿਆਪਕਾਂ ਨੇ ਬਹੁਤ ਜ਼ਿਆਦਾ ਤਸੱਲੀ ਵੀ ਦਵਾਈ ਹੈ, ਜਿੱਦਾਂ ਅਸੀਂ ਆਖਿਆ ਕਿ ਇਹਨਾਂ ਨੇ ਕਿਹਾ ਕਿ ਸਾਡੀ ਕੌਮ ਦੀਆਂ ਬੱਚੀਆਂ ਨੇ, ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਨਹੀਂ, ਜਿਹੜੀ ਇੰਨੀ ਫੈਸਿਲਿਟੀ ਦਵਾਈ ਹੈ ਤਾਂ ਫਿਰ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ, ਕਿਉਂਕਿ ਸਾਡੇ ਆਉਣ ਵਾਲੀ ਪੀੜ੍ਹੀ ਹੈ, ਇਹ ਗੁਰਸਿੱਖ ਮਤ ਨਾਲ ਜੁੜਨਗੇ ਅਤੇ ਸਾਨੂੰ ਅੱਗੇ ਕੌਮ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ, ਕਿ ਇਹ ਸਾਨੂੰ ਵਾਧਾ ਰਹੇਗਾ, ਬੱਚਿਆਂ ਨੂੰ ਭਟਕਣ ਦੀ ਕੋਈ ਨਹੀਂ ਹੋਏਗੀ ਕਿ ਭਟਕਣਗੇ ਬੱਚੇ ਜਾਂ ਕੁਝ ਐਸੀ ਗੱਲ ਹੈ, ਕਿ ਹਾਂ ਬਾਈ ਉੱਥੇ ਫੈਸਿਲਿਟੀ ਪੂਰੀ ਅੱਛੀ ਮਿਲੇ ਬੱਚਿਆਂ ਨੂੰ, ਕਿਉਂਕਿ ਕੁੜੀਆਂ ਨੂੰ ਭੇਜਣਾ ਸੀ ਥੋੜ੍ਹਾ ਅਸੀਂ ਬਹੁਤ ਸੋਚ ਸਮਝ ਕੇ ਭੇਜਣਾ ਪੈਂਦਾ, ਅਤੇ ਇਸ ਵਾਸਤੇ ਕਿ ਬਹੁਤ ਅੱਛਾ ਹੈ, ਕਿ ਇਹ ਬਹੁਤ ਅੱਛਾ ਉਪਰਾਲਾ ਜੀ। ਬਿਲਕੁਲ, ਮਤਲਬ ਜੰਮੂ ਕਸ਼ਮੀਰ ਦੇ ਵਿੱਚ ਸ਼ਾਇਦ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਇਹ ਉਪਰਾਲਾ ਅਗਰ ਕੀਤਾ ਗਿਆ, ਤਾਂ ਤੁਹਾਨੂੰ ਲੱਗਦਾ ਬਹੁਤ ਵੱਡਾ ਉਪਰਾਲਾ? ਬਹੁਤ ਵੱਡਾ ਉਪਰਾਲਾ, ਫਸਟ ਟਾਈਮ ਜੰਮੂ ਕਸ਼ਮੀਰ ਵਿੱਚ, ਮਤਲਬ ਇਹ ਐਸਾ ਕੋਈ ਹੋਇਆ ਕਿ ਨਹੀਂ ਤਾਂ ਅਦਰਵਾਈਜ਼ ਕੁਝ ਨਹੀਂ, ਐਸਾ ਨਹੀਂ ਹੈ। ਅਸੀਂ ਸੁਣਦੇ ਹਾਂ, ਬੜੂ ਸਾਹਿਬ ਦਾ ਸੁਣਦੇ ਸਾਂ ਕਿ ਬੜੂ ਸਾਹਿਬ ਬੱਚੇ ਭੇਜਦੇ ਨੇ ਉੱਥੇ, ਮਗਰ ਅਸੀਂ ਮਿਡਲ ਕਲਾਸ ਲੋਕ ਅਸੀਂ ਅਫੋਰਡ ਨਹੀਂ ਕਰ ਸਕਦੇ ਸਾਂ, ਅਤੇ ਇਹ ਜਿਹੜਾ ਉਪਰਾਲਾ ਬਹੁਤ ਅੱਛਾ ਹੈ, ਕਿ ਇੱਕ ਬੱਚਿਆਂ ਨੂੰ, ਖਾਸ ਕਰ ਕੁੜੀਆਂ ਨੂੰ, ਗੁਰਸਿੱਖ ਕੁੜੀਆਂ ਨੂੰ ਇਸ ਲਾਈਨ ਨਾਲ ਜੋੜਨਾ, ਪੂਰੇ ਲਾਈਨ ਨਾਲ ਪ੍ਰੋਪਰ ਜੋੜ ਕੇ ਰੱਖਣਾ। ਸਾਡੇ ਉੱਥੇ ਵੀਰ ਜੀ ਨੇ ਆਪਣੇ ਬਖਸ਼ਾਂ ਗੁਰਦੁਆਰਾ ਸਾਹਿਬ, ਉਹ ਤਾਂ ਬਹੁਤ ਹੀ ਪੰਜਾਬੀ ਪੜ੍ਹਾਉਂਦੇ ਨੇ ਬੱਚਿਆਂ ਨੂੰ, ਅਤੇ ਅੱਛਾ ਕਰਦੇ ਨੇ ਉਹ, ਅਤੇ ਉਹਨਾਂ ਦੇ ਮਤਲਬ ਸਹਿਯੋਗ ਨਾਲ ਸਾਡੇ ਬੱਚੇ ਵੀ ਅੰਮ੍ਰਿਤਧਾਰੀ ਨੇ, ਅਤੇ ਪੰਜਾਬੀ ਪੜ੍ਹਦੇ ਨੇ, ਮਹਾਰਾਜ ਦਾ ਸਰੂਪ ਦਾ ਆਪਣਾ ਵਾਕ ਲੈਂਦੇ ਨੇ, ਅਤੇ ਉਹਨਾਂ ਨੂੰ ਨੌਲੇਜ ਹੈ, ਅਤੇ ਇਸ ਵਾਸਤੇ ਕਿ ਇਸੇ ਰਸਤੇ ਲੱਗੇ ਰਹਿਣ ਬੱਚੇ, ਤਾਂ ਚਲੋ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ ਸਾਡੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਜੀ, ਸਾਡੇ ਨਾਲ ਹੁਣ ਗੱਲਬਾਤ ਕਰਨ ਦੇ ਲਈ ਜੁੜੇ ਨੇ ਸਰਦਾਰ ਰਵਿੰਦਰ ਸਿੰਘ ਜੀ, ਜਿਹੜੇ ਕਿ ਸਾਡੇ ਜੰਮੂ ਕਸ਼ਮੀਰ ਦੇ ਇੱਕ ਸਮਾਜਿਕ ਕਾਰਕੁਨ ਨੇ, ਸਮਾਜਿਕ ਸੇਵਾਵਾਂ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਵੀਰ ਜੀ, ਜਿਹੜਾ ਧਰਮ ਪ੍ਰਚਾਰ ਕਮੇਟੀ SGPC ਦੇ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਉਪਰਾਲਾ ਕੀਤਾ ਗਿਆ ਜੰਮੂ ਕਸ਼ਮੀਰ ਦੀਆਂ ਬੱਚੀਆਂ ਦੇ ਲਈ, ਕਿਉਂਕਿ ਇਹਨਾਂ ਨੇ ਕਿਹਾ ਕਿ 400 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਨੇ, ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਪ੍ਰੈਫਰੈਂਸ ਪ੍ਰਾਇਓਰਟੀ ਦਿੱਤੀ ਗਈ ਹੈ ਉਹ ਜੰਮੂ ਕਸ਼ਮੀਰ ਦੀਆਂ ਬੱਚੀਆਂ ਨੂੰ ਦਿੱਤੀ ਗਈ ਹੈ, ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਤੁਸੀਂ ਕਿਸ ਤਰ੍ਹਾਂ ਦੇ ਨਾਲ ਸੋਚਦੇ ਹੋ ਕਿ ਇਹ ਬਹੁਤ ਵੱਡਾ ਉਪਰਾਲਾ ਸਾਡੀਆਂ ਬੱਚੀਆਂ ਦੇ ਲਈ, ਸਾਡੇ ਜਿਹੜੇ ਰਿਮੋਟ ਏਰੀਆਜ਼ ਨੇ ਉੱਥੇ ਬੱਚੀਆਂ ਨਹੀਂ ਪੜ੍ਹ ਪਾਉਂਦੀਆਂ ਨੇ, ਜਾਂ ਕਈ ਵਾਰੀ ਅਸੀਂ ਫਾਈਨੈਂਸ਼ਲੀ ਵੀ ਸਾਡੇ ਪੇਰੈਂਟਸ ਨਹੀਂ ਅਫੋਰਡ ਕਰ ਪਾਉਂਦੇ, ਤਾਂ ਤੁਸੀਂ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਸਭ ਤੋਂ ਪਹਿਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਾਂਗਾ ਜੀ, ਨਾਲ ਹੀ ਸਾਰਿਆਂ ਦਾ ਸ਼ੁਕਰਾਨਾ ਅਦਾ ਕਰਾਂਗਾ SGPC ਵਾਲਿਆਂ ਦਾ ਵੀ, ਜਿਹੜੇ ਜੰਮੂ ਕੰਮ ਕਰ ਰਹੇ, ਅਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਜੀ, ਨਾਲ ਹੀ ਜਿਹੜੇ ਮਾਤਾ ਸਾਹਿਬ ਕੌਰ ਦੇ ਪ੍ਰੋਫੈਸਰ ਸਾਹਿਬ, ਜਿੰਨੇ ਵੀ ਸਾਰੇ ਲੋਕ ਆਏ ਹਨ, ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਆਰੰਭਿਆ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਬੱਚਿਆਂ 'ਤੇ, ਕਿਉਂਕਿ ਕਾਲਜ ਦਾ ਨਾਂ ਹੀ ਇੱਕ ਐਸਾ ਨਾਂ ਹੈ ਮਾਤਾ ਸਾਹਿਬ ਕੌਰ ਜੀ, ਜਿੱਥੇ ਦੁਨਿਆਵੀ ਸ਼ਿਕਸ਼ਾ ਜ਼ਰੂਰੀ ਹੈ ਉੱਥੇ ਧਾਰਮਿਕ ਸ਼ਿਕਸ਼ਾ ਵੀ ਜ਼ਰੂਰੀ ਹੈ। ਨਾਂ ਹੀ ਐਸਾ ਹੈ, ਮੈਂ ਤਾਂ ਸਮਝਦਾ ਹਾਂ ਕਿ ਉਹਨਾਂ ਦਾ ਆਸ਼ੀਰਵਾਦ ਹੈ ਇਹਨਾਂ ਬੱਚਿਆਂ 'ਤੇ, ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ
कि ये धार्मिक क्षेत्र च भी अगे आन गई। तो उस मालिक ने कृपा की है तो बहुत वधिया उपराला है एस जी पी सी एज वैल एज ज्ञानी हरप्रीत सिंह जी दत्तर अकाल तख्त साहब और नाल ही जिन्हें भी लोग आए हम सारे नूं मैं उन्हां दा बहुत 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 धन्यवाद करदा जी। जी बहुत बहुत धन्यवाद वीर जी, तुसीं साडे नाल गलबात कीती है, इस दे लई तुहाडा बहुत बहुत धन्यवाद। बहुत सारे रिमोट एरियाज तो भी बच्चे आए ने काउंसलिंग दे लई आए ने और वो पढ़न जाना चाहते ने बाहर, जिहड़ा कि माता साहिब कौर कॉलेज है जिहड़ा अध्यापक दे वल्लों इन्हां दे जिहड़े अध्यापक आए ने उन्हां दे वल्लों पूरा इंश्योर करवाया गया और बच्चियां साडियां जम्मू कश्मीर दियां बहुत खुश भी ने, उन्हां नूं एक अपरचुनिटी मिली है। तो इस उपराले दे उपर आपां बच्चियां दे नाल भी गलबात करांगे, इन्हां बच्चियां दा की कहना है। बेटा सब तो पहला तुसी अपना नाम दसो। भाई जय खालसा, वाहिगुरु जी की फतेह। मेरा नाम सिमरनजीत कौर। अच्छा, कितों आए हो तुसी? जी मैं बेसिकली कश्मीर तो हाँ, बट इत्थे रहिंदी हाँ, 3-10 साल हो गए ने सानू जम्मू रहिंदे। तो सानू बहुत ही शौक आ पंजाबी सीखण दा, गतका सीखण दा जो सानू दे रहे हैं श्रोमणी गुरुद्वारा। तो मैं प्रबंध कमेटी का बहुत धन्यवाद करती हाँ जो सानू ये मौका दे रहे हैं और माता साहिब कौर दे जा रहे हैं, असं उत्थे जा रहे हैं ये सब सीखने लई। सानू बहुत ही शौक सी पहले तो ये सीखने दा। अच्छा, किस क्लास से भी जा रहे हो, मतलब किस स्ट्रीम लिए? असी स्ट्रीम आर्ट्स लिता कि अगे जाके थोड़ा पंजाबी होर सिखांगे। अच्छा, पंजाबी वैसे सीखते हो वैसे? जी जी, असी कोशिश करते होर सीखने दी। पहले तो सानू कोई भी कमेटी वगैरह क्लासेस वगैरह नहीं लाते सी, तां वी साडे पेरेंट्स सानू सिखांदे सी, डेली सिखाते सी, ते उहदे तो थोड़ा जिहा सीखना। साडा मोटिव इही है कि असी जाके बाहर जाके पंजाबी थोड़ा सीखिए। अच्छा, पंजाबी तुसीं हुण आर्ट्स लैके 11th 12th? जी 11th। और किस तरह दे नाल, मतलब वधिया लगदा कि पंजाब जाके पढ़ोगे? तुहानूं वधिया लग रिहा कि सानूं अपने धर्म बारे कुछ सीखण नूं मिलेगा? अच्छा, तुसीं अमृत छक्या होइआ? अमृत पान जी, अमृत पान। इस दे लई वी तुहाडी मुबारक है, बहुत बहुत धन्यवाद तुसीं साडे नाल गल। जी वाहगुरु जी का खालसा, वाहगुरु जी की फतेह। जी बेटा, की नाम है तुहाडा? मेरा नाम हरमीत कौर है। कित्थों आए हो? मैं नौशहरा तों आई हूँ। अच्छा, किस तरह के नाल पता लग गया सी तुहानूं कि श्रोमणी गुरुद्वारा प्रबंधक कमेटी धर्म प्रचार कमेटी वालों ये उपराला किया गया, किवें पता लग गया? ये साडे गुरुद्वारे दे विच दस्या गया कि जो है एक मिशन चल रहा है गर्ल्स दे लई, गर्ल्स एजुकेशन दे लई, तो उहदे विच सानूं एक अपॉर्चुनिटी मिली अगे जाण दी। ते मेरे फादर साहब ने मैनू कहा कि तुसी भी जो है इस दे विच पार्टिसिपेट करो। ते नहीं, अगर अगर जिदा मतलब कि तुसी अगर ये अपॉर्चुनिटी ना मिलती तो फिर कभी तुसी जाना सी हॉस्टल दे विच पढ़न दे लई, तुहानू लगदा सी बाहर पढ़न जाओगे? नहीं नहीं, ये बहुत ही मतलब कि अच्छी अपॉर्चुनिटी सानू दी गई है और अगर ये अपॉर्चुनिटी नहीं होंदी तो शायद नहीं। ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋ ਕਿ ਤੁਹਾਡੇ ਲਈ ਐਸਾ ਉਪਰਾਲਾ ਹੋਇਆ? ਮਤਲਬ ਤੁਸੀਂ ਜਦੋਂ ਤੁਸੀਂ ਐਜੂਕੇਸ਼ਨ ਲੈ ਰਹੇ ਹੋ ਉਸ ਦੇ ਦੌਰਾਨ ਇਹ ਉਪਰਾਲਾ ਕੀਤਾ ਗਿਆ ਕਿ ਮਤਲਬ ਦੇਖੋ ਤੁਹਾਡੇ ਤੋਂ ਪਹਿਲਾਂ ਵੀ ਕਿੰਨੀਆਂ ਕੁੜੀਆਂ ਨੇ, ਕਿੰਨੀਆਂ ਕੁੜੀਆਂ ਪੜ੍ਹਨਾ ਚਾਹੁੰਦੀਆਂ ਹੋਣਗੀਆਂ ਲੇਕਿਨ ਨਹੀਂ ਪੜ੍ਹ ਪਾਈਆਂ ਕਿਉਂਕਿ ਨਾ ਤਾਂ ਪੇਰੈਂਟਸ ਬਾਹਰ ਭੇਜ ਸਕਦੇ ਨੇ, ਹੈ ਨਾ ਸਾਡੀਆਂ ਬੱਚੀਆਂ ਜਾ ਸਕਦੀਆਂ ਸੀ, ਨਾ ਅਜਿਹੀ ਸਹੂਲਤ ਸਾਨੂੰ ਮੁਹੱਈਆ ਕਰਵਾਈ ਗਈ ਹੈ। ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋ ਕਿ ਤੁਹਾਡੇ ਲਈ ਇਹ ਤੁਹਾਨੂੰ ਇਹ ਚਾਂਸ ਮਿਲਿਆ? मैं अपने आप में बहुत खुश नसीब मनती हाँ कि मैं ये इतना बड़ा चांस मिला। तो मेरे फादर साहब ने भी मैंने कहा कि तुम जिथे तक पढ़ना है हूँ अगे तो तुम पढ़ सकते हो, क्योंकि जो है साड़ी पूरी जो जम्मू कश्मीर के जो सिख मिशन ते चल रहे ने ये सानू उपराला कर रहे हैं कि तुम अगे जाओ। तो मैं थैंक्स करांगी इन्होंने सब का कि जिन्होंने सानू अगे इतना जाने का मौका दिता। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਲਗਾਤਾਰ ਬੱਚਿਆਂ ਦੀ ਵੀ ਵਿਊਜ਼ ਨਾਲ ਨਾਲ ਲੈ ਰਹੇ ਹਾਂ ਕਿ ਕਹਿਣਾ ਬੱਚਿਆਂ ਦਾ, ਕਿਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਉਪਰਾਲੇ ਦੇ ਨਾਲ। ਤਾਂ ਜਿਸ ਤਰ੍ਹਾਂ ਦੇ ਨਾਲ ਆਪਾਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ, ਬੱਚਿਆਂ ਨੂੰ ਬੱਚੀਆਂ ਬਹੁਤ ਖੁਸ਼ ਨੇ, ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਨੂੰ ਇੱਕ ਅਪਰਚੁਨਿਟੀ ਮਿਲੀ ਹੈ, ਸਾਨੂੰ ਇੱਕ ਚਾਂਸ ਮਿਲਿਆ ਵਾ। ਅਤੇ ਸ਼ਾਇਦ ਅਗਰ ਪਿੱਛੇ ਵੀ ਅਜਿਹਾ ਉਪਰਾਲਾ ਕਿਸੇ ਦੇ ਰਾਹੀਂ ਕੀਤਾ ਗਿਆ ਹੁੰਦਾ ਤਾਂ ਅੱਜ ਜਿਹੜੀਆਂ ਬੱਚੀਆਂ ਪੜ੍ਹਨਾ ਚਾਹੁੰਦੀਆਂ ਸੀ ਉਹ ਪੜ੍ਹਦੀਆਂ। ਪਰ ਚਲੋ ਹੌਲੀ ਹੌਲੀ ਉਪਰਾਲੇ ਕੀਤੇ ਜਾ ਰਹੇ ਨੇ ਔਰ ਇਹਨਾਂ ਉਪਰਾਲਿਆਂ ਦੇ ਲਈ ਬੱਚੀਆਂ ਖੁਸ਼ ਵੀ ਨੇ ਔਰ ਸਾਡੀਆਂ ਬੱਚੀਆਂ ਅਗਾਂਹ ਪੜ੍ਹ ਵੀ ਸਕਦੀਆਂ ਨੇ ਔਰ ਇਹਨਾਂ ਦੇ ਪੇਰੈਂਟਸ ਵੀ ਪੂਰਾ ਸਾਥ ਦੇ ਰਹੇ ਨੇ। ਜੀ ਬੇਟਾ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਪ੍ਰੀਤ ਕੌਰ ਹੈਗਾ। ਕਿੱਥੋਂ ਆਏ ਹੋ? ਆਪਾਂ ਅਰਸ਼ਪੁਰਾ ਤੋਂ ਆਏ ਹਾਂ। ਅੱਛਾ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸੀਗਾ ਕਿ ਇਹ ਉਪਰਾਲਾ ਐਸ ਜੀ ਪੀ ਸੀ ਵੱਲੋਂ ਕੀਤਾ ਗਿਆ? ਐਕਚੁਲੀ ਮੈਮ ਸਾਡੇ ਉੱਧਰ ਆਈ ਸੀ। ਅੱਛਾ, ਤੁਹਾਨੂੰ? ਹਾਂਜੀ, ਉਹਨਾਂ ਨੇ ਰੂਬਰੂ ਕਰਵਾਇਆ ਆਪਣੇ ਕਾਲਜ ਵੱਲੋਂ, ਸਭ ਕੁਝ ਕਲੀਅਰ ਦੱਸਿਆ, ਇਨਫੋਰਮੇਸ਼ਨ ਦਿੱਤੀ। ਫਿਰ ਆਪਾਂ ਫਸਟ ਟਾਈਮ ਜਾ ਰਹੇ ਹਾਂ, ਮਤਲਬ ਸਟੇਟ ਤੋਂ ਬਾਅਦ ਪੂਰਾ ਡਿਸਾਈਡ ਕਰ ਲਿਆ ਕਿ ਤੁਸੀਂ ਜਾ ਰਹੇ ਹੋ? ਹਾਂਜੀ ਹਾਂਜੀ, ਆਪਾਂ ਸੁਬੰਦਰ ਗੁਰਦੁਆਰਾ
SGPC ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸੁਨਹਿਰਾ ਮੌਕਾ ਦਿੱਤਾ ਅੱਗੇ ਵਧਣ ਦਾ ਆਪਾਂ ਸਿੱਖੀ ਨੂੰ ਵੀ ਅੱਗੇ ਵਧਾਉਣਾ ਹੈ ਇੱਥੇ ਜਿੱਦਾਂ ਸਾਡੇ ਇੱਧਰ ਪਿੰਡਾਂ ਵਿੱਚ ਜ਼ਿਆਦਾ ਵੈਨ ਵਗੈਰਾ ਅਵੇਲੇਬਲ ਨਹੀਂ ਹੁੰਦੀਆਂ ਬਹੁਤ ਦੂਰ ਦੂਰ ਜਾਣਾ ਪੈਂਦਾ ਅਤੇ ਇਸ ਲਈ ਆਹ ਸਾਡੇ ਲਈ ਵਧੀਆ ਹੋ ਗਿਆ ਜੋ ਉਹਨਾਂ ਨੇ ਸਾਨੂੰ ਫ੍ਰੀ ਐਜੂਕੇਸ਼ਨ ਦਿੱਤੀ ਹੈਗੀ ਅੱਗੇ ਵਧਣ ਦਾ ਇੱਕ ਮੌਕਾ ਦਿੱਤਾ ਹੈ ਕਿ ਆਪਾਂ ਸਟੇਟ ਤੋਂ ਬਾਹਰ ਜਾ ਕੇ ਆਪਣੀ ਸਟੇਟ ਦਾ ਨਾਂ ਰੋਸ਼ਨ ਕਰੀਏ ਨਾਲੇ ਆਪਣੀ ਸਿੱਖੀ ਨੂੰ ਅੱਗੇ ਵਧਾਈਏ ਅੱਛਾ ਕਿੰਨਾ ਵਧੀਆ ਲੱਗ ਰਿਹਾ ਕਿ ਤੁਸੀਂ ਜੰਮੂ ਕਸ਼ਮੀਰ ਤੋਂ ਬਾਹਰ ਜਾ ਕੇ ਪੰਜਾਬ ਦੇ ਵਿੱਚ ਜਾ ਕੇ ਸਟੱਡੀ ਕਰੋਗੇ ਤੁਹਾਨੂੰ ਲੱਗਦਾ ਬੜਾ ਕੁਛ ਸਿੱਖਣ ਨੂੰ ਮਿਲੇਗਾ ਕਿ ਜਦੋਂ ਆਪਾਂ ਬਾਹਰ ਜਾ ਕੇ ਹੋਰਾਂ ਲੋਕਾਂ ਦੇ ਨਾਲ ਵਿਚਰਦੇ ਹਾਂ ਕੁਛ ਉਹਨਾਂ ਦਾ ਸਿੱਖਦੇ ਕੁਛ ਉਹਨਾਂ ਨੂੰ ਸਿਖਾਉਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਫਸਟ ਟਾਈਮ ਜਾ ਰਹੇ ਹਾਂ ਬਾਹਰ ਕੁਛ ਸਿੱਖਣ ਨੂੰ ਮਿਲੇਗਾ ਕੁਛ ਅਡੋਪਟ ਕਰਾਂਗੇ ਦੂਜਿਆਂ ਤੋਂ ਵੀ ਦੂਜਿਆਂ ਨੂੰ ਵੀ ਕੁਛ ਸਿਖਾਵਾਂਗੇ ਫਿਰ ਆਪਾਂ ਇੱਥੇ ਆ ਕੇ ਵੀ ਕੁਛ ਸਿਖਾਵਾਂਗੇ ਇਹਨਾਂ ਨੂੰ ਵੀ ਬਸ ਬਹੁਤ ਵਧੀਆ ਲੱਗ ਰਿਹਾ ਹੈਗਾ ਅੱਛਾ ਕਿਸ ਸਟ੍ਰੀਮ ਦੇ ਵਿੱਚ ਜਾ ਰਹੇ ਹੋ ਮੈਂ ਅਪ ਕਮਰਸ ਵਿੱਚ ਜਾ ਰਿਹਾ ਅੱਛਾ ਬਹੁਤ ਬਹੁਤ ਮੁਬਾਰਕ ਹੈ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਵੀ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਅਗਲੀ ਬੱਚੀ ਦੇ ਨਾਲ ਜੀ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਸਚਲੀਨ ਕੌਰ ਕਿੱਥੋਂ ਆਏ ਹੋ ਬੜੀ ਬ੍ਰਹਮਣਾ ਅੱਛਾ ਬੜੀ ਬ੍ਰਹਮਣਾ ਤੋਂ ਹੋਰ ਵੀ ਬੱਚੇ ਆਏ ਨੇ ਜਾਂ ਹੋਰ ਵੀ ਬੱਚੇ ਆਏ ਨੇ ਅੱਛਾ ਤੁਸੀਂ ਕਿਹਦੇ ਨਾਲ ਆਏ ਹੋ ਔਰ ਤੁਹਾਨੂੰ ਕਿਹਨੇ ਦੱਸਿਆ ਸੀਗਾ ਮਤਲਬ ਮੈਮ ਸਾਡੇ ਸਕੂਲ ਦੇ ਸਰ ਸੀਗੇ ਉਹਨਾਂ ਨੇ ਗਰੁੱਪ 'ਚੋਂ ਮੈਸੇਜ ਕੀਤਾ ਸੀਗਾ ਉਹਨਾਂ ਨੇ ਦੱਸਿਆ ਸੀਗਾ ਅਤੇ ਮੈਂ ਮੈਸੇਜ ਪੜ੍ਹਿਆ ਸੀਗਾ ਅਤੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਸਾਨੂੰ ਇਸਦੇ ਬਾਰੇ ਦੱਸਿਆ ਅੱਛਾ ਕਿਸ ਕਲਾਸ ਦੇ ਵਿੱਚ ਜਾ ਰਹੇ ਹੋ ਕਿਸ ਸਟ੍ਰੀਮ ਲਈ ਕਾਲਜ ਵਿੱਚ ਜਾ ਰਹੇ ਹਾਂ ਗ੍ਰੈਜੂਏਸ਼ਨ ਕਰਨੀ ਆ ਕੇ ਗ੍ਰੈਜੂਏਸ਼ਨ ਕੀ ਕਿਸ ਚੀਜ਼ ਦੇ ਵਿੱਚ ਗ੍ਰੈਜੂਏਸ਼ਨ ਕਰਨੀ ਆਰਟਸ ਦਾ ਵੀ ਆਰਟਸ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਨਾਲ ਮਹਿਸੂਸ ਹੋ ਰਿਹਾ ਬਾਹਰ ਜਾ ਕੇ ਦੇਖੋ ਕਿੰਨਾ ਜ਼ਰੂਰੀ ਹੈ ਬੱਚਿਆਂ ਦੇ ਲਈ ਪੜ੍ਹਨਾ ਲੇਕਿਨ ਕਈ ਵਾਰੀ ਹੁੰਦਾ ਨਾ ਕਿ ਕੁਛ ਮਜਬੂਰੀਆਂ ਹੁੰਦੀਆਂ ਨੇ ਸਾਡੀਆਂ ਅਸੀਂ ਕੁੜੀਆਂ ਨਹੀਂ ਪੜ੍ਹ ਪਾਉਂਦੀਆਂ ਕਿਉਂਕਿ ਕੁੜੀਆਂ ਹਰ ਹਮੇਸ਼ਾ ਬੱਚੀਆਂ ਜਿਹੜੀਆਂ ਸਾਡੀਆਂ ਬੇਟੀਆਂ ਨੇ ਉਹੀ ਸੈਕਰੀਫਾਈਸ ਕਰਦੀਆਂ ਨੇ ਹਮੇਸ਼ਾ ਸਮਝੌਤੇ ਉਹੀ ਉਹ ਕਰਦੀਆਂ ਨੇ ਚਾਹੇ ਉਹ ਪੜ੍ਹਾਈ ਦਾ ਹੋਵੇ ਚਾਹੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦਾ ਹੋਵੇ ਕਿੰਨਾ ਜ਼ਰੂਰੀ ਸਮਝਦੇ ਹੋ ਬੱਚੀਆਂ ਦਾ ਪੜ੍ਹਨਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿ ਬਹੁਤ ਵੱਡਾ ਸਾਡੀਆਂ ਜਿਹਨਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਜਿਹੜੇ ਐਜੂਕੇਸ਼ਨ ਨੂੰ ਬੱਚੀਆਂ ਸਮਝਦੀਆਂ ਨੇ ਉਹ ਕਿੰਨਾ ਸੋਚਦੀਆਂ ਨੇ ਕਿ ਬਹੁਤ ਵੱਡਾ ਉਪਰਾਲਾ ਜਿਹਦੇ ਲਈ ਆਪਾਂ ਸ਼ਬਦ ਨਹੀਂ ਹੈਗੇ ਸਾਡੇ ਮੈਮ ਪਹਿਲੇ ਤਾਂ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦਾ ਕਿ ਇਹਨਾਂ ਨੇ ਸਾਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਕਿ ਅਸੀਂ ਕੁੜੀਆਂ ਹੋ ਕੇ ਮਤਲਬ ਇੰਨੀ ਦੂਰ ਆਊਟ ਆਫ ਸਟੇਟ ਇੱਧਰ ਪੜ੍ਹਨ ਜਾ ਰਹੇ ਹਾਂ ਔਰ ਇੱਧਰ ਮੈਮ ਪ੍ਰੋਬਲਮ ਹੈ ਕਿ ਇੱਧਰ ਬਹੁਤ ਦੂਰ ਦੂਰ ਸਟੱਡੀ ਕਰਨ ਜਾਣਾ ਪੈਂਦਾ ਹੈ ਅਤੇ ਖਾਸ ਕਰ ਕੁੜੀਆਂ ਨੂੰ ਅਲਾਓ ਵੀ ਨਹੀਂ ਕਰਦੇ ਆ ਔਰ ਮੈਂ ਥੈਂਕਫੁਲ ਕਰਦੀ ਹਾਂ ਪੇਰੈਂਟਸ ਦਾ ਜਿਹੜੇ ਪੇਰੈਂਟਸ ਸਾਨੂੰ ਮਤਲਬ ਅਲਾਓ ਕਰ ਰਹੇ ਹਾਂ ਸਟੱਡੀ ਬਾਰੇ ਔਰ ਮਤਲਬ ਕਿ ਵਾਹਿਗੁਰੂ ਜੀ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਮਤਲਬ ਸਾਨੂੰ ਮਿਲਿਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਅੱਛਾ ਹੁਣ ਜੰਮੂ ਕਸ਼ਮੀਰ ਦਾ ਤੁਸੀਂ ਇਹ ਸੋਚ ਕੇ ਚੱਲਿਓ ਦਿਲ ਦੇ ਵਿੱਚ ਕਿ ਪੰਜਾਬ ਜਾ ਕੇ ਜੰਮੂ ਕਸ਼ਮੀਰ ਦਾ ਨਾਮ ਵੀ ਅਸੀਂ ਬਾਹਰ ਜਾ ਕੇ ਰੋਸ਼ਨ ਕਰਨਾ ਹਾਂਜੀ ਜ਼ਰੂਰ ਆਪਣੇ ਟੀਚਰਸ ਦਾ ਨਾਮ ਰੋਸ਼ਨ ਕਰਾਂਗੇ ਜੰਮੂ ਕਸ਼ਮੀਰ ਦਾ ਕਰਾਂਗੇ ਔਰ ਜਿਨ੍ਹਾਂ ਨੇ ਸਾਨੂੰ ਅੱਗੇ ਪਲੇਟਫਾਰਮ ਦਿੱਤਾ ਉਹਨਾਂ ਦਾ ਤਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ